ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ ਸਰਦਾਰ ਸਾਹਿਬ ਭਗਵੰਤ ਮਾਨ ਨੂੰ ਕੀ ਹੋ ਗਿਆ ਹੁਣ ਕਹਿੰਦਾ ਅਮਨ ਅਰੋੜੇ ਨੂੰ ਨਹੀਂ ਰੱਖਣਾ ਰੱਖਣਾ ਕਿਹਨੂੰ ਆ ਭਾਜੀ ਆਪਾਂ ਜਦੋਂ ਪੂਰੇ ਇਸ ਵੇਲੇ ਜਿਹੜਾ ਸਾਡਾ ਦੇਸ਼ ਹੈ ਨਾ ਉੱਥੇ ਕਹਿੰਦਾ ਮੈਂ ਅਤੇ ਮੇਰੇ ਬਸ ਟੱਬਰ ਆ ਬਿਲਕੁਲ ਅਤੇ ਫਿਰ ਉਹ ਅਮਨ ਅਰੋੜਾ ਉਹਨਾਂ ਦੇ ਪਰਿਵਾਰ ਦਾ ਨਹੀਂ ਹੈ ਨਾ ਉਹ ਕਲਾਕਾਰ ਹੈ ਉਹ ਸ਼ਾਹੂਕਾਰ ਹੈ ਤੁਹਾਨੂੰ ਲੱਗਦਾ ਵੀ ਉਹ ਹੀਣ ਭਾਵਨਾ ਕਿਤੇ ਆ ਜਾਂਦੀ ਹੈ ਹਾਂ ਥੋੜ੍ਹਾ ਬਹੁਤ ਆ ਹੀ ਜਾਂਦਾ ਕਿਉਂਕਿ ਅਮਨ ਅਰੋੜਾ ਦੀ ਕੋਠੀ ਵੱਡੀ ਹੈ ਆ ਉਹਨਾਂ ਦੀ ਕੋਠੀ ਵੱਡੀ ਹੈ ਇਹਨਾਂ ਦਾ ਹਲਕਾ ਵੱਡਾ ਹੈ ਬਸ ਇੰਨਾ ਫਰਕ ਤੇ ਆ ਨਾ ਬਣਦੀ ਉਹ ਮੈਂਬਰ ਪਾਰਲੀਮੈਂਟ ਹੈ ਜੀ ਤੇ ਇਹ MLA ਸਾਹਿਬ ਨੇ ਅੱਛਾ ਤੇ ਇਹਦੇ ਤੋਂ ਪਹਿਲਾਂ ਜਿਹੜੀ ਹੈ ਵੀ ਗੱਲ ਤਾਂ ਕੁਛ ਵੀ ਨਹੀਂ ਹੈ ਗੱਲ ਇਹ ਹੈ ਕਿ ਗੱਲ ਤਾਂ ਤੁਰੀ ਉੱਥੋਂ ਵੀ ਅਸੀਂ ਜਿਹੜੀ ਸੈਨਾ ਬਣਾਉਣੀ ਹੈ ਹਾਂਜੀ ਔਰ ਸੈਨਾ ਦੇ ਜਵਾਨਾਂ ਦੀ ਪੂਰੀ ਕੁਆਲਿਟੀ ਕੁਆਲੀਫਿਕੇਸ਼ਨ ਦੱਸ ਦਿੱਤੀ ਹੈ ਓਕੇ ਵੀ ਜਵਾਨ ਕਿੱਦਾਂ ਦੇ ਹੋਣਗੇ ਤੁਹਾਨੂੰ ਲੱਗਦਾ ਵੀ ਉਹਦੀ ਹਾਈਟ ਘੱਟ ਆ ਅਮਨ ਅਰੋੜੇ ਦੀ ਅਮਨ ਅਰੋੜੇ ਦੀ ਹਾਈਟ ਘੱਟ ਨਹੀਂ ਹੋ ਸਕਦੀ ਹੋ ਸਕਦਾ ਭਗਵੰਤ ਮਾਨ ਨੂੰ ਲੱਗਦਾ ਕਿ ਮੇਰੇ ਕੱਦ ਦਾ ਨਹੀਂ ਹੈ ਮੈਂ ਥੋੜ੍ਹਾ ਛੋਟਾ ਤੇ ਉੱਚਾ ਹੈ ਅੱਛਾ ਸੋ ਇਹ ਸਿਆਸੀ ਦੌਰ ਹੈ ਜੀ ਅਸਲ ਦੇ ਵਿੱਚ ਕਾਰਨ ਕੀ ਹੈ ਕਿ ਜਦੋਂ ਇਹ ਲੋਕ ਆਉਂਦੇ ਨੇ ਸੇਵਾ ਦੇ ਨਾਂ 'ਤੇ ਨੇ ਲੇਕਿਨ ਬਾਅਦ ਦੇ ਵਿੱਚ ਨਾ ਜਿਹਨੂੰ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲੈਣ ਆਈ ਅਤੇ ਘਰ ਵਾਲੀ ਬਣ ਬੈਠੀ ਵਾਲਾ ਕੰਮ ਹੁੰਦਾ ਇਹ ਕਹਿੰਦੇ ਹੁਣ ਬਸ ਮੈਂ ਹੀ ਹਾਂ ਮੇਰੇ ਤੋਂ ਬਾਹਰ ਕੋਈ ਨਹੀਂ ਹੈ ਅੱਛਾ ਇਹ ਵੀ ਇੱਕ ਪ੍ਰਕਿਰਿਆ ਬਈ ਤੁਸੀਂ ਤਾਂ ਗਵਾਹ ਹੋ ਹਰ ਚੀਜ਼ ਦੇ ਖਾਸ ਤੌਰ 'ਤੇ ਵਿਦੇਸ਼ੀ ਬੱਸ ਦੇ ਸੱਜਣ ਜੀ ਜਿਹੜੇ ਮੇਰੇ ਖਿਆਲ ਮਹਿੰਗੀਆਂ ਟਿਕਟਾਂ ਉਦੋਂ ਟਿਕਟਾਂ ਵੀ ਮਹਿੰਗੀਆਂ ਹੋ ਗਈਆਂ ਸੀ ਬਿਲਕੁਲ ਇੱਥੇ ਆਏ ਪੈਸੇ ਲਾਏ ਪ੍ਰਚਾਰ ਕੀਤਾ ਗੱਡੀਆਂ 'ਤੇ ਖਲੋ ਖਲੋ ਕੇ ਜੀ ਭੌਂਪੂ ਲੈ ਕੇ ਬੋਲੇ ਵੀ ਮੈਂ ਕਿਹਾ ਜੀ ਤੀਹ 35-35 ਇੱਕ ਵੱਡੀ ਬੱਸ ਹੁੰਦੀ ਸੀ 52 ਸੀਟਡ ਬੱਸ ਕਰਨੀ ਏਅਰ ਕੰਡੀਸ਼ਨ ਜੀ ਉਹਦੇ ਵਿੱਚ ਆਉਣਾ ਅਤੇ ਚਲੋ ਇੱਥੋਂ ਦੇ ਲੋਕ ਤਾਂ ਗਿੱਝੇ ਸੀ ਖੇਤਾਂ 'ਚ ਫਿਰਨ ਨੂੰ ਜੀ ਵੀ ਵੋਟਾਂ ਦੀ ਲੋੜ ਸੀ ਜੀ ਇਹ ਲੋਕ ਜਿਹੜੇ ਉੱਥੇ ਇੰਨੇ ਸਮਿਆਂ ਤੋਂ ਇੱਕ ਆਪਣਾ ਪੂਰਾ ਮਿਹਨਤ ਕਰਨ ਤੋਂ ਬਾਅਦ ਜੀ ਕਹਿ ਸਕਦੇ ਹੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਇਹ ਵੀ ਇੱਥੇ ਪਸੀਨੋ ਪਸੀਨੀ ਹੋਏ ਫਿਰਦੇ ਸੀ ਇਹਨਾਂ ਨਲਾਇਕਾਂ ਲਈ ਇਹਨਾਂ ਲਈ ਉਹ ਜਿਹੜੇ ਇਹਨਾਂ ਲਈ ਜਿਹੜੇ ਕਹਿੰਦੇ ਉਹਨਾਂ ਨੂੰ ਆਸ ਲੱਗੀ ਸੀ ਕਿ ਪੰਜਾਬ ਦੇ ਵਿੱਚ ਆ ਜਿਹੜੀਆਂ ਦੋ ਸਥਾਪਿਤ ਧਿਰਾਂ ਨੇ ਉੱਤਰ ਕੈਟੋਂ ਮੈਂ ਚੜ੍ਹਾਂ ਵਾਲੀਆਂ ਵੀ ਇਹਨਾਂ ਤੋਂ ਕੁਛ ਰਾਹਤ ਪੰਜਾਬ ਨੂੰ ਮਿਲੇ ਪੰਜਾਬ ਦੀ ਕੋਈ ਸਾਰ ਲਵੇ ਪੰਜਾਬ ਡੁੱਬਦੇ ਪੰਜਾਬ ਦੀ ਕੋਈ ਬਾਂਹ ਫੜੇ ਪਰ ਇਹ ਥੋੜ੍ਹਾ ਪਤਾ ਸੀ ਕਿ ਇਹਨਾਂ 'ਤੇ ਉਹਨਾਂ ਦੀ ਬਾਂਹ ਦੇ ਉੱਤੇ ਪਿਆ ਜਿਹੜਾ ਦਸਤਾਨਾ ਸੀ ਨਾ ਡਾਲਰਾਂ ਵਾਲਾ ਉਹ ਲਾ ਕੇ ਰੱਖ ਲਿਆ ਅਤੇ ਬਾਕੀ ਕਹਿ ਕੇ ਬਾਂਹ ਆਪਣੀ ਵਾਪਸ ਲੈ ਜਾਓ ਐਡੇ ਹੀਣੇ ਅਤੇ ਹੌਲੇ ਨੇ ਮੈਂ ਕਈ ਵਾਰੀ ਸੋਚਦਾ ਹੁੰਦਾ ਜਿਹੜੇ ਵਿਦੇਸ਼ ਵੱਸਦੇ ਨੇ ਨਾ ਉਹ ਸੋਚਦੇ ਆ ਕਿ ਯਾਰ ਇੱਥੋਂ ਦਾ ਸਿਸਟਮ ਕਿੰਨਾ ਸੋਹਣਾ ਜੀ ਔਰ ਕਿੰਨਾ ਵਿਉਂਤਿਆ ਹੋਇਆ ਹਰ ਚੀਜ਼ ਜਿਹੜੀ ਆ ਥਾਂ ਪੁਰ ਥਾਂ ਹੈ ਜੀ ਕੁਛ ਗਲਤ ਨਹੀਂ ਹੋ ਰਿਹਾ ਅਤੇ ਕਿੰਨਾ ਕਾਨੂੰਨ ਦਾ ਰਾਜ ਹੈ ਅਤੇ ਉਹ ਸੋਚਦੇ ਵੀ ਸਾਡੇ ਦੇਸ਼ 'ਚ ਕਿਉਂ ਨਹੀਂ ਫਿਰ ਉਹਨਾਂ ਨੂੰ ਲੱਗਦਾ ਕਿ ਅੱਛਾ ਇਹ ਅਕਾਲੀਆਂ ਅਤੇ ਕਾਂਗਰਸੀਆਂ ਨੇ ਲੁੱਟਿਆ ਇਹ ਕਸੂਰਵਾਰ ਇਹ ਨੇ ਇਹਨਾਂ ਨੂੰ ਬਦਲ ਕੇ ਦੇਖੀਏ ਹਰ ਵਾਰੀ ਉਹ ਨਿਰਾਸ਼ ਹੋ ਕੇ ਗਏ ਭਗਵੰਤ ਮਾਨ ਦੇ ਨਾਲ ਬਹੁਤ ਖਲੋਤੇ ਲੋਕ ਬਿਲਕੁਲ ਲੇਕਿਨ ਭਗਵੰਤ ਮਾਨ ਦੇ ਅੰਦਰ ਪਤਾ ਨਹੀਂ ਕਿਹੜਾ ਸੋਫਟਵੇਅਰ ਇੰਸਟਾਲ ਕਰਤਾ ਗਿਆ ਵਾ ਅੱਛਾ ਉਹ ਕਹਿੰਦਾ ਵੀ ਮੈਂ ਇਕੱਲਾ ਭਾਵੇਂ ਮੈਨੂੰ ਗੱਡੀ ਦੇ ਬੋਨਟ ਤੇ ਖਿਲਾਰ ਦਿਓ ਭਾਵੇਂ ਛੱਤ ਤੇ ਭਾਵੇਂ ਸਟੇਜ ਤੇ ਉੱਤੇ ਕੁਰਸੀ ਰੱਖ ਕੇ ਬਿਠਾ ਦਿਓ ਤੇ ਭਾਵੇਂ ਮੈਨੂੰ ਕੁੰਡੀ ਲਾਉਣ ਲਈ ਚੜਾ ਦਿਓ ਖੰਭੇ ਤੇ ਜੀ ਮੈਂ ਇਕੱਲਾ ਨਜ਼ਰ ਆਉਣਾ ਚਾਹੀਦਾ ਮੈਂ ਬੜੀ ਵਾਰੀ ਹੈਰਾਨ ਹੋਣਾ ਵੀ ਭਗਵੰਤ ਮਾਨ ਇੱਕ ਕਲਾਕਾਰ ਹੈ ਹਾਂਜੀ ਜਿਹੜਾ ਸਿੰਗਲ ਵੀ ਹੁੰਦਾ ਤੇ ਡਿਊਟ ਵੀ ਹੁੰਦਾ ਬਿਲਕੁਲ ਤਿੰਨ ਤਿੰਨ ਚਾਰ ਚਾਰ ਕਲਾਕਾਰਾਂ ਨਾਲ ਬਹੁਤ ਸੋਹਣਾ ਕੰਮ ਕਰ ਲੈਂਦਾ ਬਿਲਕੁਲ ਅਤੇ ਪੂਰਾ ਤਾਲਮੇਲ ਬਣਿਆ ਹੁੰਦਾ ਅਤੇ ਉਹ ਜਿਹੜੀ ਭਾਵੇਂ ਇਹਦੀ ਕੁਲਫੀ ਗਰਮਾ ਗਰਮ ਹੋਵੇ ਅਤੇ ਭਾਵੇਂ ਕੁਝ ਹੋਰ ਹੋਵੇ ਪੂਰਾ ਹਿੱਟ ਹੁੰਦਾ ਲੋਕ ਨਾ ਕਹਿ ਲਓ ਕਿ ਚੋਰੀ ਦੇ ਬੁਗਰੀਆਂ ਦੇ ਪੈਸੇ ਖੋਲ੍ਹ ਖੋਲ੍ਹ ਕੇ ਇਹਦੀਆਂ CDs ਅਤੇ LCDs ਸਭ ਕੁਝ ਖਰੀਦਦੇ ਸ਼ੁਰੂ ਹੈ ਲੇਕਿਨ ਫਿਰ ਮੇਰੇ ਦਿਮਾਗ 'ਚ ਆਉਂਦਾ ਜਦੋਂ ਇਹਦਾ ਹੁਣ ਦਾ ਸੁਭਾਅ ਵੇਖਦਾ ਮੈਂ ਕਹਿੰਦਾ ਯਾਰ ਗੱਲ ਤਾਂ ਸਰ ਇਹ ਆ ਵੀ ਉਹ ਖੇਡ ਸੀਗੀ ਇਸ਼ਾਰੇ 'ਤੇ ਨੱਚਣ ਦੀ ਅਤੇ ਕੁਝ ਘੰਟੇ ਡਾਇਰੈਕਟਰ ਕਮਰੇ 'ਚ ਵਾੜ ਕੇ ਰੱਖਦੇ ਸੀਗੇ ਵੀ ਬਸ ਹੁਣ ਤੁਸੀਂ ਜੋ ਕਰਨਾ ਕਰ ਲਓ ਅਤੇ ਬਾਹਰ ਜਾ ਕੇ ਤੁਸੀਂ ਆਪਣੀ ਕਾਰ 'ਚ ਬਹਿ ਜਾਓ ਅਤੇ ਤੁਸੀਂ ਆਪਣੀ ਬਹਿ ਜਾਓ ਸਭ ਕੁਝ ਸਕ੍ਰਿਪਟਡ ਸੀ ਸਕ੍ਰਿਪਟਡ ਸੀ ਹੁਣ ਇੱਥੇ ਜਿਹੜੀ ਸਿਆਸਤ ਹੈ ਉਹ ਸਕ੍ਰਿਪਟਡ ਨਹੀਂ ਹੈ ਹੁਣ ਇੱਥੇ ਜਿਹੜੇ ਆ ਲੇਖ ਲਿਖਣ ਵਾਲੇ ਵੀ ਉਹੋ ਜਿਹੇ ਹੀ ਆ ਬਿਲਕੁਲ ਕੇਜਰੀਵਾਲ ਸਾਹਿਬ ਜੀ ਜਿਹੜੇ ਪਹਿਲਾਂ ਤਾਂ ਉਹ ਬਾਪੂ ਦੇ ਨਾਲ ਬੈਠੇ ਸੀ ਜਿਹੜਾ ਉਹ ਪਰਲੇ ਸੱਤਵੇਂ ਮਹੱਲੇ 'ਚੋਂ ਆ ਕੇ ਕਹਿੰਦਾ ਸੀ ਅੰਨਾ ਹਜ਼ਾਰੇ ਲੋਕ ਤਾਂ ਉਹਨੂੰ ਅੰਨਾ ਹੀ ਕਹੀ ਜਾਂਦੇ ਸੀ ਸ਼ਰਿਆਮ ਹਜ਼ਾਰੇ ਤਾਂ ਕਹਿੰਦੇ ਨਹੀਂ ਸੀ ਜੀ 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 ਔਰ ਉਹਦੇ ਮਗਰ ਵਾਕਿਆ ਇਹ 1000 ਕੁ ਬੰਦਾ ਹੀ ਸੀ ਜਿੱਦਣ ਆਇਆ ਸੀ ਬਿਲਕੁਲ ਬਿਲਕੁਲ ਔਰ ਜਿੱਦਣ ਇਹ ਉਹਦੇ ਨਾਲ ਬੈਠ ਕੇ ਇਹ ਮੈਨੇਜਮੈਂਟ ਸੀ ਸਾਰੀ ਇਹ ਦੇਖੋ ਇਹ ਇੰਡੀਅਨ ਰੈਵਨਿਊ ਸਰਵਿਸਿਸ ਦਾ ਸ਼ਾਇਦ ਹੈਗਾ ਸੀਗਾ ਆਫੀਸਰ ਸੀਗਾ IRS ਆਫੀਸਰ ਸੀ ਲੋਕ ਕਹਿੰਦੇ ਯਾਰ ਐਡਾ ਵੱਡਾ ਭ੍ਰਿਸ਼ਟਾਚਾਰ ਦੇ ਥੰਮ ਡੇਗ ਦਿੱਤੇ ਕਾਂਗਰਸ ਦੇ
ਔਰ ਲੋਕ ਲੱਖਾਂ ਦੀ ਤਾਦਾਦ ਵੀ ਪੁੱਜ ਗਏ। ਲੋਕਾਂ ਨੇ ਦੱਸ ਦਿੱਤਾ ਕਿ ਤੁਸੀਂ ਸਾਨੂੰ ਸੱਦਣਾ ਟੈਲੀਫੋਨ ਨਾ ਕਰਿਓ, ਇੱਕ ਐਸ ਐਮ ਐਸ ਕਰਿਓ ਜੀ, ਆਪਣੇ ਇੱਕ ਗਰੁੱਪ ਬਣਾ ਲਏ 100-100 ਦਾ, 200-200 ਦਾ, ਜੇ ਮੈਨੂੰ ਇੱਕ ਨੂੰ ਮੈਸੇਜ ਮਿਲ ਗਿਆ ਤਾਂ ਮੈਂ 200 ਬੰਦੇ ਨੂੰ ਕਿਹਾ ਵੀ ਆ ਜਾਓ ਉੱਥੇ ਹੁਣ। ਬਿਲਕੁਲ, ਪੂਰਾ ਜੰਤਰ ਮੰਤਰ ਜਿਹੜਾ ਸੀ ਨਾ ਉਹਨੂੰ ਬਸ ਉਹ ਤੰਤਰ ਹੀ ਬਣਾ ਛੱਡਿਆ ਇੱਕ ਵਾਰੀ, ਤੰਤਰ ਹਿਲਾ ਕੇ ਰੱਖ। ਦੇਖੋ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਜੀ ਇਹ ਪਾਣੀਓਂ ਪਾਣੀ ਕਰਤੀ। ਬਿਲਕੁਲ, ਔਰ ਫਿਰ ਮੁੜ ਕੇ ਸੱਤਾ ਖੋ ਕੇ ਦਿੱਤੀ ਕਿਹਨਾਂ ਨੂੰ, ਲੋਕਾਂ ਨੇ, ਕਿਉਂਕਿ ਇਹਨਾਂ ਨੇ ਜਿਹੜੇ ਹੁਣ ਇਹਨਾਂ ਨੂੰ ਪਾਣੀ 'ਚ ਡਬਾਉਣ ਡਏ 14 ਤੱਕ, ਇਸ ਕੇਜਰੀਵਾਲ ਨੇ ਦੇਸ਼ ਨੂੰ ਇੰਨਾ ਨਿਰਾਸ਼ ਕਰਤਾ। ਬਿਲਕੁਲ, ਆਪਣੇ ਬਿਆਨ ਬਦਲ ਬਦਲ ਕੇ ਤੇ ਆਪਣੇ ਸਟੈਂਡ ਬਦਲ ਬਦਲ ਕੇ, ਬਿਲਕੁਲ ਫਿਰ ਸਥਿਤੀ ਇਹ ਬਣੀ ਕਿ ਲੋਕਾਂ ਕੋਲ ਦੂਜਾ ਬਦਲ, ਇਹਨਾਂ ਤੋਂ ਵੀ ਵੱਡੇ ਜਿਹੜੇ ਪੰਪੂ ਵਾਲੇ ਸੀ, ਬਿਲਕੁਲ ਬੋਲਣ ਵਾਲੇ, ਉਹ ਆ ਗਏ, ਉਹ ਆ ਗਏ, ਔਰ ਉਹਦੇ ਨਾਲ ਸਥਿਤੀ ਹੁਣ ਜੋ ਬਣੀ ਆ ਦੇਸ਼ ਦੀ ਆਰਥਿਕਤਾ ਦੀ। ਮੈਂ ਭਗਵੰਤ ਮਾਨ ਵੱਲ ਥੋੜ੍ਹਾ ਜਿਹਾ ਮੁੜਾਂ, ਕਿਉਂਕਿ ਸਾਨੂੰ ਪੰਜਾਬ ਦਾ ਦਰਦ ਬਹੁਤ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੰਡਾਇਆ। ਦੇਖੋ, ਅਸੀਂ ਇਸ ਮਿੱਟੀ ਦੇ ਜੰਮਪਲ ਹੈ ਜੀ, ਇਹ ਕੁਦਰਤੀ ਹੈ ਸਾਡਾ ਇੱਥੋਂ ਤਾਂ ਮੋਹ ਹੋਣਾ, ਜਿਹੜਾ ਜੇ ਸਾਡਾ ਇੱਥੇ ਵੀ ਮੋਹ ਨਹੀਂ ਹੈ ਜੀ, ਜਾਂ ਜੇ ਅਸੀਂ ਇਹਦੇ ਹਿੱਤਾਂ ਦੇ ਵਿੱਚ ਵੀ ਨਹੀਂ ਹੈ ਤਾਂ ਫਿਰ ਅਸੀਂ ਕਿਸੇ ਹੋਰ ਦੇ ਹਿੱਤਾਂ ਦੇ ਵੀ ਰਾਖੇ ਨਹੀਂ ਹੋ ਸਕਦੇ। ਭਗਵੰਤ ਮਾਨ ਨੂੰ ਸਿੱਧੇ ਜੇ 2-3 ਸਵਾਲ ਆ ਜੀ, ਬਈ ਦੇਖ ਭਗਵੰਤ ਮਾਨ ਜੇ ਆਰਟਿਸਟ ਹੋ ਕੇ ਜੀ ਪੰਜਾਬ ਦੇ ਲੋਕਾਂ ਨੂੰ ਹਸਾਇਆ ਜੀ, ਅਤੇ ਅੱਜ ਇਹ ਉਹ ਸਟੇਜ ਆ ਜਿਹੜੀ ਸਟੇਜ 'ਤੇ ਲੋਕ ਰੋਂਦੇ ਪਏ ਜੀ, ਹੁਣ ਜਦੋਂ ਤੂੰ ਸਟੇਜ ਤੋਂ ਚੜ੍ਹ ਕੇ ਅਤੇ ਸਿਆਸੀ ਗੱਲਾਂ ਨੂੰ ਵਿਅੰਗ ਦੇ ਵਿੱਚ ਕਰਕੇ ਲੋਕਾਂ ਨੂੰ ਅਜੇ ਵੀ ਥੋੜ੍ਹੀ ਦੇਰ ਡੋਜ ਦੇ ਜਾਂਦਾ ਹੱਸਣ ਦੀ ਜੀ, ਅਤੇ ਇਸ ਡੋਜ ਨਾਲ ਢਿੱਡ ਨਹੀਂ ਭਰਦਾ, ਜਦੋਂ ਤੂੰ ਇਹ ਕਹਿੰਦਾ ਹੈ ਕਿ ਜਿਹਨਾਂ ਚੁੱਲ੍ਹਿਆਂ 'ਚ ਅੱਗ ਨਹੀਂ ਜੀ, ਠੀਕ ਹੈ ਨਾ, ਉਹਨਾਂ ਦਾ ਜੇ ਜ਼ਿਕਰ ਕਰਦਾ ਹੈ ਤੇ ਉਹਨਾਂ ਨੂੰ ਥੋੜ੍ਹੀ ਦੇਰ ਦੀ ਰਾਤ ਤੇਰੇ ਅੱਧੇ ਘੰਟੇ ਦੇ ਭਾਸ਼ਣ ਨਾਲ ਨਹੀਂ ਮਿਲਣੀ। ਬਿਲਕੁਲ, ਜੇ ਮਿਲਣੀ ਸੀ ਤੇ ਬੰਦਿਆਂ ਦੇ ਗਰੁੱਪ ਨਾਲ ਮਿਲਣੀ ਸੀ, ਸਮੂਹਿਕ ਯਤਨਾਂ ਨਾਲ ਮਿਲਣੀ ਸੀ, ਜਿਹੜੇ ਸਮੂਹਿਕ ਯਤਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੂੰ ਖਤਮ ਕਰ ਦਿੰਦਾ, ਜਾਂ ਸ਼ਾਇਦ ਸਾਡੀ ਸੋਚ ਨੂੰ ਵੀ ਥੋੜ੍ਹਾ ਜਿਹਾ ਜੰਗਾਲ ਲੱਗ ਗਿਆ ਜੀ, ਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਭਗਵੰਤ ਮਾਨ ਕੋਲ ਅਜੇ ਵੀ ਕੋਈ ਆਸ ਕਰਨੀ ਚਾਹੀਦੀ ਹੈ, ਨਹੀਂ, ਕਿਉਂਕਿ ਭਗਵੰਤ ਮਾਨ ਜਿਹੜਾ ਉਹ ਜਿੱਥੇ ਪੁੱਜਣਾ ਸੀ ਜੀ ਪੁੱਜ ਗਿਆ। ਬਿਲਕੁਲ, ਕੱਲ੍ਹ ਇੱਕ ਬੰਦੇ ਨੇ ਬੜਾ ਫੇਸਬੁੱਕ ਦੇ ਉੱਤੇ ਸਖ਼ਤ ਤਨਜ ਕੀਤਾ ਹੋਇਆ ਸੀ ਜੀ, ਕਹਿੰਦਾ ਠੰਡੀ ਹੋਈ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਓ ਅਤੇ ਉਹ ਕਿੱਡੀ ਕੁ ਸਵਾਦੀ ਹੁੰਦੀ ਆ। ਬਿਲਕੁਲ ਨਹੀਂ ਹੁੰਦੀ, ਉਹਦਾ ਕਹਿਣ ਦਾ ਭਾਵ ਇਹ ਸੀ ਕਿ ਜਦੋਂ ਇੱਕ ਵਾਰੀ ਤੁਸੀਂ ਇਹਨਾਂ ਲੋਕਾਂ ਨੂੰ ਚੁਣ ਲਿਆ ਅਤੇ ਮੁੜ ਕੇ ਉਹਨਾਂ ਨੂੰ ਦੁਬਾਰਾ ਗਰਮ ਕਰਕੇ ਪੀਣ ਡਏ ਹੋ, ਫਿਰ ਸੱਤਾ ਸੌਂਪ ਦਿੱਤੀ ਹੈ ਅਤੇ ਹਸ਼ਰ ਦੇਖ ਲਓ। ਹਾਲਾਂਕਿ ਉਹਦਾ ਸੰਕੇਤ ਕਿਸੇ ਹੋਰ ਵੱਲ ਸੀ, ਕੇਂਦਰ ਵੱਲ ਸੀ ਜੀ, ਲੇਕਿਨ ਜਦੋਂ ਇਹਨਾਂ ਨੂੰ ਉਸੇ ਕਸੌਟੀ ਦੇ ਵਿੱਚ ਪਾ ਕੇ ਦੇਖਿਆ ਜਾਵੇ ਜੀ, ਤੇ ਇਹਨਾਂ ਤੇ ਵੀ ਉਹੀ ਟੁੱਕਦਾ। ਨਹੀਂ, ਮੈਂ ਤਾਂ ਤੁਹਾਡੀ ਗੱਲ ਨੂੰ ਅੱਗੇ ਤੋਰੂੰਗਾ ਕਿ ਭਗਵੰਤ ਮਾਨ ਆਪਣੀ ਹੋਣੀ ਤੇ ਬਦਲ ਗਿਆ। ਬਿਲਕੁਲ, ਮੈਂਬਰ ਪਾਰਲੀਮੈਂਟ ਬਣ ਕੇ, ਕਿਉਂਕਿ ਜੇ ਉੱਥੇ ਘਰ ਨਾ ਮਿਲੇ ਤੇ ਕਹਿੰਦੇ 5-17 ਹੋਟਲ 'ਚ ਰਹਿਣ ਨੂੰ ਮਿਲ ਜਾਂਦਾ ਜੀ। ਐਮ ਪੀ ਨੂੰ ਗੱਡੀ, ਉਹਦੇ ਨਾਲ ਸਕਾਟ, ਉਹਦੇ ਨਾਲ ਅਮਲਾ ਫੈਲਾ, ਸਭ ਮਿਲ ਜਾਂਦਾ। ਮੈਂ ਕਿਹਾ ਜੀ ਮੈਂ ਤੁਸੀਂ ਬਹੁਤ ਗਾਂਹ ਲੈ ਜਾਣਾ, ਤੁਸੀਂ ਗੱਲ ਕਰਨੀ ਲੱਖਾਂ ਕਰੋੜਾਂ ਦੀ ਜੀ, ਜੀ ਵੀ ਪੈਨਸ਼ਨ ਵੀ ਇੰਨੀ ਆ, ਤਨਖਾਹ ਵੀ ਇੰਨੀ ਆ ਜੀ, ਤੇ ਨਾਲ ਤੁਸੀਂ ਗੱਲ ਕਰਨੀ ਕਿ 5 ਕਰੋੜ ਜਾਂ 2 ਕਰੋੜ ਸਾਲ ਦਾ, 5 ਕਰੋੜ ਸਾਲ ਦਾ ਤੁਸੀਂ ਮਤਲਬ 25 ਕਰੋੜ ਸਾਲ ਦਾ ਉਹ ਵੀ ਗਿਣਨਾ ਜੀ। ਲੇਕਿਨ ਮੈਂ ਇੱਕ ਗੱਲ ਕਰਨ ਲੱਗਾ ਛੋਟੀ ਜੀ ਜੀ, ਜਦੋਂ ਇਹ ਰੋਟੀ ਖਾਂਦੇ ਨੇ ਪਾਰਲੀਮੈਂਟ ਦੀ ਕੰਟੀਨ 'ਚ, ਤੇ ਉੱਥੇ ਰੋਟੀ ਜਿਹੜੀ ਆ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਜੀ 30-40 ਰੁਪਏ ਦੀ ਰੋਟੀ ਮਿਲਦੀ ਹੈ, ਔਰ ਸ਼ਾਨਦਾਰ ਸ਼ਾਨਦਾਰ ਰੋਟੀ। ਲੇਕਿਨ ਜਿਹੜੇ ਜਿਹਨਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਜੀ, ਕਦੇ ਉਹਨਾਂ ਨੂੰ ਇਹ ਪੁੱਛ ਕੇ ਦੇਖਿਆ ਕਿ ਭਾਈ ਤੇਰੇ ਪਰਿਵਾਰ ਦੇ 4 ਜੀ ਨੇ, ਤੈਨੂੰ ਇੱਕ ਟਾਈਮ ਦੀ ਰੋਟੀ 120 ਰੁਪਏ ਦੀ ਪੈਣ ਡਈ ਹੈ, ਬਿਲਕੁਲ ਪੈਣ ਡਈ, ਤੈਨੂੰ ਸ਼ਾਮ ਤੱਕ 360 ਰੁਪਏ ਚਾਹੀਦੇ ਨੇ ਜੀ, ਤੇ ਤੈਨੂੰ 360 ਰੁਪਏ ਮੈਂ ਦਵਾ ਸਕਿਆ ਜਾਂ ਨਹੀਂ ਦਵਾ ਸਕਿਆ। ਸਵਾਲ ਤੇ ਇਹੀ ਹੈ, ਅਜੇ ਢਿੱਡੋਂ ਗੱਲ ਗਾਹ ਨਹੀਂ ਤੁਰੀ ਵਿਕਾਸ ਤੇ ਹੋਰ ਗੱਲਾਂ ਦੇ, ਬਸ ਅਜੇ ਦੇਖੋ ਗੱਲ ਨਹੀਂ ਸਮਝੇ। ਇਹ ਸਾਡੇ ਬਜ਼ੁਰਗਾਂ ਦੇ ਬੜਾਏ ਨੇ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਪੇਟ 'ਚ ਪਈਆਂ ਰੋਟੀਆਂ ਤੇ ਗੱਲਾਂ ਆਵਣ ਮੋਟੀਆਂ। ਇਹ ਉਹ ਲੋਕ ਨੇ ਜਿਹੜਾ ਗੱਲਾਂ ਨਾ ਹੋਰ ਬਦਲ ਦਿਓ ਜੀ, ਇਹਨਾਂ ਦੇ ਪੇਟ 'ਚ ਵੀ ਰੋਟੀਆਂ ਨੇ ਤੇ ਗੱਲਾਂ ਵੀ ਖੋਟੀਆਂ ਕਰ। ਬਿਲਕੁਲ, ਔਰ ਇਹ ਲੋਕ ਇਸ ਮੁਕਾਮ ਤੱਕ ਲੈ ਆਏ ਨੇ, ਇਹ ਕਹਿੰਦੇ ਜ਼ਰੂਰ ਨੇ ਕਿ ਫਲਾਣੇ ਨੇ ਦੇਸ਼ ਦਾ ਕੁਛ ਨਹੀਂ ਛੱਡਿਆ, ਫਲਾਣੇ ਨੇ ਦੇਸ਼ ਦਾ ਕੁਛ ਨਹੀਂ ਛੱਡਿਆ, ਲੇਕਿਨ ਜੇ ਕਿਤੇ ਇਹਨਾਂ ਦੇ ਆਪਣੇ ਨਿੱਜੀ ਹਲਕੇ ਪੂਰੇ ਪੰਜਾਬ ਦੀ ਗੱਲ ਛੱਡ ਦਿਓ ਤੁਸੀਂ ਜੀ, ਤੁਹਾਡੇ ਸਾਹਮਣੇ ਹਰਿੰਦਰ ਸਿੰਘ ਨਾਰਵੇ ਰਹੇ ਨੇ ਜੀ, ਰਹੇ ਨੇ ਮੈਂਬਰ ਪਾਰਲੀਮੈਂਟ ਸੀ, ਬਿਲਕੁਲ, ਉਹਨਾਂ ਦਾ ਹਲਕਾ ਕਿਸੇ ਨੇ ਵੇਖਿਆ?
ਦੇਖਿਆ ਕਿਸੇ ਨੇ ਕੀ ਹੋਇਆ? ਮੈਂ ਉਹੀ ਕਹਿ ਰਿਹਾ ਹਾਂ, ਇਹਨਾਂ ਦਾ ਹਲਕਾ ਸੰਗਰੂਰ ਦੇਖਿਆ ਕਿਸੇ ਨੇ ਕੀ ਹੋਇਆ? ਬਿਲਕੁਲ, ਸਿਰਫ ਇਹ ਸੀ ਵੀ ਉਦੋਂ 2017 ਜਦੋਂ ਚੋਣ ਲੜੀ ਹੈ ਨਾ, ਚੋਣ 2019 ਦੀ ਚੋਣ ਸਿਰ 'ਤੇ ਹੀ, ਅਤੇ ਕਿਸੇ ਜੱਟ ਦੀ ਫਸਲ ਨੂੰ ਅੱਗ ਲੱਗ ਗਈ ਅਤੇ ਇਹ ਬੰਦਾ ਇਕੱਲਾ ਹੀ ਬਾਲਟੀ ਲੈ ਕੇ ਭੱਜਾ ਗਿਆ, ਨਹੀਂ ਉਹ ਬੂਟਾ ਜਿਹਾ ਫੜਿਆ ਸੀ ਵਾਹਣ, ਜੋ ਵੀ ਆ ਕਿ ਮੈਂ ਭਜਾ ਦੇਣੀ ਆ ਜੀ ਜੀ। ਲੇਕਿਨ ਹੁਣ ਜਦੋਂ ਆਹ ਹੜ ਆਏ ਉਦੋਂ ਕਿੱਥੇ ਗਏ ਜੀ? ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਵਾਲੇ ਜਿਹੜੇ ਫੰਡ ਸੀ ਉਹ ਕਿੱਧਰ ਗਏ ਫਿਰ? ਸੁਣਿਆ ਕਿਸੇ ਨੇ? ਨਹੀਂ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਔਰ ਮੈਂ ਇਹੀ ਸਵਾਲ ਕਰਨਾ ਚਾਹੁੰਦਾ ਹਾਂ ਕਿ ਜਦੋਂ ਭਗਵੰਤ ਮਾਨ ਆਪਣੀ ਪਾਰਟੀ ਦੇ ਵਿੱਚ ਹੀ ਕਿਸੇ ਦੀ ਗੱਲ ਸਹਿਣ ਨੂੰ ਤਿਆਰ ਨਹੀਂ, ਜੇ ਤੁਹਾਡੀ ਵਿਚਾਰ ਦਾ ਵਿਰੋਧੀ ਵਿਚਾਰ ਨਹੀਂ, ਇਹਦਾ ਮਤਲਬ ਤੁਹਾਡਾ ਵਿਕਾਸ ਰੁਕ ਗਿਆ। ਬਿਲਕੁਲ, ਇਹ ਤਾਂ ਆਮ ਹੀ ਗੱਲ ਹੈ ਨਾ ਜੀ, ਵਿਰੋਧ ਵਿਕਾਸ ਦੀ ਪਰਿਭਾਸ਼ਾ ਕਾਰਲ ਮਾਰਕਸ ਨੇ ਦਿੱਤੀ ਸੀ। ਬਿਲਕੁਲ, ਔਰ ਜੇਕਰ ਤੁਸੀਂ ਦੂਜੇ ਨੂੰ ਸਹਿਣ ਕਰਨ ਦੀ ਸ਼ਕਤੀ ਗਵਾ ਬੈਠੇ ਹੋ ਤਾਂ ਮਤਲਬ ਤੁਸੀਂ ਬਿਮਾਰ ਹੋ। ਫਿਰ ਤੁਸੀਂ ਦੂਜੇ ਨੂੰ ਸਹਿਣ ਨਹੀਂ ਕਰ ਰਹੇ ਜੀ, ਤੇ ਫਿਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਤੁਹਾਨੂੰ ਕਿੱਦਾਂ ਬਰਦਾਸ਼ਤ ਕਰਨ, ਉਹ ਤੁਹਾਡੀ ਗੱਲ ਕਿਉਂ ਸੁਣਨ, ਮੈਂ ਲੋਕ ਤੁਹਾਨੂੰ ਕਿਉਂ ਬਰਦਾਸ਼ਤ ਕਰਨ? ਤੁਹਾਡੀ ਉਸੇ ਗੱਲ ਨੂੰ ਇੱਕ ਲਫ਼ਜ਼ ਅੱਗੇ ਲੈ ਕੇ ਜਾਣਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਘਰ ਦੇ ਜੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਜੀ, ਤੇ ਮੰਨ ਲਓ ਅਸੀਂ 5-7 ਇਕੱਠੀਆਂ ਪਾਰਟੀਆਂ ਨੂੰ ਕਰਕੇ ਨਵੇਂ ਪਾਸੇ ਕਿੱਦਾਂ ਤੁਰ ਸਕਾਂਗੇ? ਬਿਲਕੁਲ, ਪੰਜਾਬ ਦੇ ਵਿੱਚ ਇੱਕ ਸਟਰੋਂਗ ਵਿਰੋਧੀ ਧਿਰ ਕਿੱਦਾਂ ਖੜੀ ਹੋ ਸਕੂਗੀ ਜੀ? ਤੁਸੀਂ ਵਿਰੋਧੀ ਧਿਰ 'ਚ ਸੀਗੇ, ਤੁਹਾਡੀ ਕਾਰਗੁਜ਼ਾਰੀ ਨਿਲ ਹੈ ਜੀ, ਜ਼ੀਰੋ ਹੈ, ਸਿਫਰ ਆ ਜੀ। ਇਸ ਵੇਲੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਹਰ ਫੈਸਲੇ ਦੇ ਖਿਲਾਫ ਸਖਤੀ ਨਾਲ ਖਲੋਤੀ ਨਜ਼ਰ ਨਹੀਂ ਆਈ ਜੀ। ਕੱਲ ਨੂੰ 3 ਤਰੀਕ ਨੂੰ ਸੁਪਰੀਮ ਕੋਰਟ 'ਚ ਮਾਣਯੋਗ ਉੱਚ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਣਾ ਹੈ ਜੀ, ਕਿ ਉਸ ਮੌਕੇ 'ਤੇ ਫਿਰ ਤੁਸੀਂ ਦੂਜਿਆਂ ਨਾਲ ਸਿਰ ਜੋੜਨ ਦੇ ਕਾਬਲ ਹੈਗੇ ਹੋ, ਤੁਸੀਂ ਤੇ ਅਮਨ ਅਰੋੜੇ ਨਾਲ ਨਹੀਂ ਬੈਠ ਪਾਉਂਦੇ। ਬਿਲਕੁਲ, ਕੀ ਹੁਣ ਅਮਨ ਅਰੋੜੇ ਨੂੰ ਤੁਸੀਂ ਬਾਹਰ ਕਰ ਦਿਓਗੇ ਔਰ ਉਹਦੇ ਨਾਲ ਤੁਹਾਡਾ ਕੱਦ ਹੋਰ ਉੱਚਾ ਹੋ ਜਾਊਗਾ? ਇਹ ਸੋਚਣ ਦੀ ਲੋੜ ਆ ਜੀ। ਜੇ ਨਹੀਂ ਉੱਚਾ ਹੋਣਾ ਤੇ ਭਗਵੰਤ ਮਾਨ ਜੀ ਦਿਨ ਬ ਦਿਨ ਛੋਟੇ ਪੈਂਦੇ ਜਾ ਰਹੇ ਹੋ, ਔਰ ਇੱਕ ਦਿਨ ਇਹ ਕੱਦ ਮੁੜ ਕੇ ਇੰਨਾ ਘੱਟ ਜਾਣਾ ਕਿ ਸ਼ਾਇਦ ਤੁਹਾਡੇ ਚੁਟਕਲੇ ਵੀ ਨਾ ਲੋਕ ਸੁਣਨ। ਬਿਲਕੁਲ, ਕਿਉਂਕਿ ਲੋਕ ਕਿਰਦਾਰਾਂ ਨੂੰ ਕਰਮ ਨਾਲ ਜੋੜ ਕੇ ਦੇਖਦੇ ਆ। ਬਿਲਕੁਲ, ਵੀ ਜੇ ਤੁਸੀਂ ਕਰਮ ਨਹੀਂ ਠੀਕ ਕਰ ਰਹੇ ਤੇ ਤੁਹਾਨੂੰ ਸੁਣੀਏ ਵੀ ਕਿਉਂ? ਜੇ ਤੁਹਾਡੀਆਂ 4 ਬਾਹਾਂ ਹੀ ਨਹੀਂ ਹੈਗੀਆਂ ਜੀ, ਤੇ ਫਿਰ ਤੁਸੀਂ ਆਮ ਪਰਿਵਾਰਾਂ 'ਚ ਕਹਿੰਦੇ ਨੇ ਜੀ ਕਿ ਯਾਰ ਇਹਨਾਂ ਦੀਆਂ 4 ਬਾਹਾਂ ਨਹੀਂ ਹੈਗੀਆਂ, ਤੇ ਇਹ ਫਿਰ ਤਾਂ ਦੁਸ਼ਮਣ ਵੀ ਹਮਲਾਵਰ ਹੋਏਗਾ। ਬਿਲਕੁਲ ਹੋਏਗਾ, ਤੇ ਜੇ ਤੁਸੀਂ ਆਪਣਿਆਂ ਨੂੰ ਸੁਣਨਾ ਨਹੀਂ ਚਾਹੁੰਦੇ ਜੀ ਤੇ ਲੋਕਾਂ ਨੂੰ ਤੁਸੀਂ ਟਿਚਰਾਂ ਕਰਦੇ ਜੇ। ਬਿਲਕੁਲ, ਤੇ ਫਿਰ ਘੱਟੋ ਘੱਟ ਆਪਣੇ ਉਹ ਜਿਹੜਾ ਕਹਿੰਦੇ ਗਰਵਾਨ ਮੇਂ ਸਿਰ ਨੀਵਾਂ ਕਰ ਦੇਖ, ਝਾਤੀ ਤੇ ਮਾਰ ਲਓ। ਔਰ ਇਹ ਵੀ ਝਾਤੀ ਜ਼ਰੂਰ ਮਾਰ ਲਓ ਕਿ ਜਦੋਂ ਇੱਕ ਪਾਸੇ ਸਾਰੀਆਂ ਜਿਹੜੀਆਂ ਹਮਖਿਆਲ ਪਾਰਟੀਆਂ ਸੀ ਇਹਨਾਂ ਦੋਵਾਂ ਦੇ ਖਿਲਾਫ, ਕਾਂਗਰਸ ਤੇ ਅਕਾਲੀਆਂ ਦੇ, ਜਦੋਂ ਉਹ ਇਕੱਠੀਆਂ ਹੋਣ ਦਾ ਯਤਨ ਕਰ ਰਹੀਆਂ ਸੀ ਤੇ ਉਦੋਂ ਤੁਸੀਂ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਕਰਦੇ ਹੋ ਤੇ ਇਹ ਕਹਿ ਦਿੰਦੇ ਹੋ ਵੀ ਅਸੀਂ ਤੇ ਇਲੈਕਸ਼ਨ ਲੜਾਂਗੇ ਜ਼ਿਮਨੀ ਚੋਣ ਜਿਹੜੀ 4 ਸੀਟਾਂ ਨੇ, ਇਹਦਾ ਮਤਲਬ ਹੈ ਕਿ ਤੁਸੀਂ ਅਨਾਉਂਸਮੈਂਟ ਕਰਨ ਕਰਕੇ ਆਪਣੇ ਆਪ ਨੂੰ ਉਸ ਸਾਰੇ ਰੌਲੇ ਰੱਪੇ 'ਚੋਂ ਪਾਸੇ ਕਰਕੇ ਪਾਸੇ ਕਰ ਲਿਆ, ਤੁਸੀਂ ਤੀਜੀ ਧਿਰ ਬਣ ਗਏ। ਬਿਲਕੁਲ, ਇਹਦਾ ਮਤਲਬ ਹੈ ਕਿ ਤੁਸੀਂ ਸੁਹਿਰਦ ਨਹੀਂ ਕਿਉਂਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਹੋ, ਹੁਣ ਪੰਜਾਬ ਜਾਵੇ ਢੱਠੇ ਖੂਹ 'ਚ ਤੁਹਾਨੂੰ ਕੋਈ ਲੈਣਾ ਦੇਣਾ। ਬਿਲਕੁਲ, ਸੋ ਅਸੀਂ ਇਹ ਤੋਂ ਅਗਲੀ ਗੱਲ ਜਿਹੜੀ ਆ ਉਹ ਲੈਣੀ ਆ। ਮੈਨੂੰ ਇੱਕ ਜਿਹੜਾ ਕੱਲ ਅਸੀਂ ਥੋੜ੍ਹਾ ਵਿਰਾਮ ਦਿੱਤਾ ਸੀਗਾ, ਇੱਕ ਛੁੱਟੀ ਵਰਗਾ ਮਾਹੌਲ ਸੀਗਾ, ਨਹੀਂ ਤੇ ਕੱਲ ਇਸ ਵਿਸ਼ੇ ਨੂੰ ਲੈਣਾ ਬਣਦਾ ਸੀ ਕਿ ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਬਿਆਨ ਆਰਥਿਕਤਾ ਨੂੰ ਲੈ ਕੇ ਦਿੱਤਾ ਹੈ, ਮੈਂ ਉਹਨੂੰ ਨੋਟ ਕੀਤਾ ਹੋਇਆ। ਮੇਰੀ ਇੱਛਾ ਸੀ ਕਿ ਅਸੀਂ ਹੁਣ ਇਹਨਾਂ ਲੋਕਾਂ ਨੂੰ ਸਵਾਲ ਪੁੱਛੀਏ ਕਿ ਜਿਹਨੂੰ ਮਨਮੋਹਨ ਕਹਿੰਦੇ ਸੋ ਜੀ, ਉਹ ਤਾਂ ਕੰਮ ਨਾਲ ਬੋਲਦਾ ਸੀ। ਬਿਲਕੁਲ, ਉਹਦਾ ਕੰਮ ਬੋਲਦਾ ਸੀ ਤੇ ਤੁਹਾਡੀ ਮਨ ਕੀ ਬਾਤ ਤੋਂ ਲੈ ਕੇ ਹਰ ਜਗ੍ਹਾ ਸਟੇਜ, ਬਿਲਕੁਲ ਅੱਜ ਉਹ ਬੋਲਦੀ ਨਜ਼ਰ ਆਉਂਦੀ ਹੈ, ਕੰਮ ਜ਼ੀਰੋ ਹੈ। ਆਰਥਿਕਤਾ ਜਿਹੜੀ ਪਹੀਆ ਹੈ ਸਾਡੇ ਦੇਸ਼ ਦੀ ਧੁਰੀ ਹੈ ਜੀ, ਉਹਦਾ ਕਬਾੜਾ ਹੋ ਗਿਆ ਜੀ। ਤੇ ਜਦੋਂ ਡਾਕਟਰ ਮਨਮੋਹਨ ਸਿੰਘ ਕੁਝ ਸਵਾਲ ਉਠਾਉਂਦੇ ਆ, ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਲਾ, ਉੱਤੇ ਤੁਸੀਂ ਅੱਗੇ ਗੱਲ ਕਰ ਲਿਓ। ਉਹ 2-3 ਸਵਾਲ ਨੇ, ਉਹ ਕਹਿੰਦੇ ਜੀ ਪਿਛਲੀ ਤਿਮਾਹੀ 'ਚ GDP 5% ਆਉਣ ਦਾ ਮਤਲਬ ਹੈ ਕਿ ਅਰਥਚਾਰਾ ਬਹੁਤ ਤੇਜ਼ੀ ਨਾਲ ਮੰਦੀ ਵੱਲ ਗਿਆ ਜੀ। ਉਹ ਕਹਿੰਦੇ ਕਿ ਇਹ ਪਰੇਸ਼ਾਨ ਕਰਨ ਵਾਲਾ ਹੈ ਕਿ ਮੈਨੂਫੈਕਚਰਿੰਗ ਸੈਕਟਰ 'ਚ ਵਿਕਾਸ ਦਰ 0.6% ਰਹੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਸਾਡਾ ਅਰਥਚਾਰਾ ਹਾਲੇ ਤੱਕ ਨੋਟਬੰਦੀ ਤੇ ਹੜਬੜੀ 'ਚ ਲਾਗੂ ਕੀਤੀ GST 'ਚੋਂ ਨਹੀਂ ਉੱਭਰ ਸਕਿਆ ਜੀ। ਦੂਜੇ ਨੰਬਰ 'ਤੇ ਉਹ ਇਹ ਗੱਲ ਕਰਦੇ ਆ ਸਰਦਾਰ ਸਾਹਿਬ ਕਿ ਛੋਟੇ ਤੇ ਵੱਡੇ ਵਪਾਰੀ ਡਰੇ ਆ ਜੀ, ਤੇ ਟੈਕਸ ਟੈਰਰਿਜ਼ਮ ਜਿਹੜਾ ਉਹ ਲਗਾਤਾਰ ਜਾਰੀ ਆ, ਨਿਵੇਸ਼ਕਾਂ ਦਾ ਵਿਸ਼ਵਾਸ ਡਗਮਗਾਇਆ ਹੈ ਤੇ ਇਹ ਹਾਲਤ ਆਰਥਿਕਤਾ ਦੇ ਜਿਹੜੇ ਉੱਭਰਨ ਵਾਲੇ ਨਹੀਂ। ਤੀਜੀ ਗੱਲ ਤੇ ਉਹ ਕਹਿੰਦੇ ਆ ਕਿ
ਮੋਦੀ ਸਰਕਾਰ 'ਚ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਵਧੀ ਆ ਅਤੇ ਇਕੱਲੇ ਆਟੋਮੋਬਾਈਲ ਸੈਕਟਰ 'ਚ ਹੀ 3.5 ਲੱਖ ਤੋਂ ਵੱਧ ਨੌਕਰੀਆਂ ਗਈਆਂ ਜੀ। ਪੇਂਡੂ ਭਾਰਤ ਦੀ ਹਾਲਤ ਬਹੁਤ ਖਸਤਾ ਹੈ, ਸਾਡੇ ਕਿਸਾਨਾਂ ਨੂੰ ਬਣਦੀਆਂ ਕੀਮਤਾਂ ਨਹੀਂ ਮਿਲ ਰਹੀਆਂ। ਮੋਦੀ ਸਰਕਾਰ ਜਿਹੜੀ ਘਟੀ ਹੋਈ ਮਹਿੰਗਾਈ ਦੀ ਗੱਲ ਕਰ ਰਹੀ ਆ ਉਹ ਸਾਡੇ ਕਿਸਾਨਾਂ ਅਤੇ ਉਹਨਾਂ ਦੀ ਆਮਦਨ ਦੀ ਕੀਮਤ ਆ। ਇਸ ਤੋਂ ਅੱਗੇ ਉਹ ਕਹਿੰਦੇ ਆ ਕਿ ਸਾਡੀਆਂ ਸੰਸਥਾਵਾਂ ਸੁਰੱਖਿਅਤ ਨਹੀਂ, ਉਹਨਾਂ ਦੀ ਖੁਦਮੁਖਤਾਰੀ ਖਤਮ ਕੀਤੀ ਜਾ ਰਹੀ ਆ। 1.76 ਲੱਖ ਕਰੋੜ ਰੁਪਏ RBI ਵੱਲੋਂ ਸਰਕਾਰ ਨੂੰ ਦੇਣ ਮਗਰੋਂ ਸਰਕਾਰ ਕੋਲ ਕੋਈ ਪਲਾਨ ਨਹੀਂ ਕਿ ਇਹ ਪੈਸੇ ਖਰਚੇ ਕਿੱਥੇ ਜਾਣੇ ਆ। ਤੇ ਆਖਰੀ ਗੱਲ ਜਦੋਂ ਉਹ ਕਰਦੇ ਆ ਕਿ ਇਸ ਸਰਕਾਰ 'ਚ ਭਾਰਤ ਦੇ ਡਾਟਾ ਦੀ ਵਿਸ਼ਵਾਸਯੋਗਤਾ ਉੱਤੇ ਪ੍ਰਸ਼ਨ ਚਿੰਨ੍ਹ ਖੜਾ ਹੋ ਗਿਆ ਜੀ। ਉਹ ਕਹਿੰਦੇ ਆ ਕਿ ਬਜਟ ਦੇ ਐਲਾਨਾਂ ਮਗਰੋਂ ਕੌਮਾਂਤਰੀ ਨਿਵੇਸ਼ਕਾਂ ਦਾ ਵਿਸ਼ਵਾਸ ਡਗਮਗਾ ਗਿਆ ਜੀ। ਉਹ ਕਹਿੰਦੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਸਿਆਸੀ ਬਦਲਾਖੋਰੀ ਦੇ ਏਜੰਡੇ ਨੂੰ ਪਾਸੇ ਕਰਕੇ ਸਰਕਾਰ ਸਮਝਦਾਰ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਰਥਚਾਰੇ ਨੂੰ ਨਵਾਂ ਰਾਹ ਦਿਖਾਏ ਜੋ ਮਨੁੱਖ ਵੱਲੋਂ ਪੈਦਾ ਕੀਤੇ ਸੰਕਟ ਦਾ ਸ਼ਿਕਾਰ ਆ। ਦੇਖੋ ਹੁਣ ਇਹ ਕਿੰਨੇ 4-5 ਨੁਕਤੇ ਆ ਮੋਦੀ ਸਾਹਿਬ, ਇਸ ਤੋਂ ਪਹਿਲਾਂ ਕਿ ਦੇਸ਼ ਡੁੱਬ ਜਾਏ ਜੀ ਮਨਮੋਹਨ ਸਿੰਘ ਨੂੰ ਸੱਦੋ, ਡਾਕਟਰ ਮਨਮੋਹਨ ਸਿੰਘ ਦੇ ਜਾਂ ਘਰ ਚਲੇ ਜਾਓ, ਉਹਨਾਂ ਨੂੰ ਪੁੱਛੋ ਕੀ ਕਰ ਤੁਹਾਡੇ ਜਿਹੜੇ ਹੁੰਦੇ ਸੀ ਆਲੂਵਾਲੀਆ ਸਾਹਿਬ ਹੁੰਦੇ ਸੀ ਮੋਨਟੇਕ ਸਿੰਘ ਆਲੂਵਾਲੀਆ ਜੀ। ਔਰ ਦੇਖੋ ਮਸਲਾ ਬੜਾ ਸਪਸ਼ਟ ਹੈ ਜੀ ਕਿ ਜਿਹੜੇ ਲੋਕ ਡਾਕਟਰ ਮਨਮੋਹਨ ਸਿੰਘ ਨੂੰ ਹੁਣ ਤੱਕ ਵੇਖ ਰਹੇ ਨੇ ਨਿਰੰਤਰ ਉਹਨਾਂ ਦੀ ਕਾਰਜਸ਼ੈਲੀ ਨੂੰ ਜੀ, ਉਹ ਇਹ ਮੰਨ ਕੇ ਚੱਲਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਦਾ ਕੰਮ ਬੋਲਦਾ, ਉਹ ਸੁਭਾਅ ਅਨੁਸਾਰ ਆਪ ਨਹੀਂ ਬੋਲਦੇ ਬਿਲਕੁਲ। ਔਰ ਉਹਨਾਂ ਦਾ ਕੀਤਾ ਹੋਇਆ ਕੰਮ ਜਿਹੜਾ PV ਨਰਸਿਮਹਾ ਰਾਓ ਸਰਕਾਰ ਦੇ ਸਮੇਂ ਜਿੱਦਾਂ ਉਹਨਾਂ ਨੇ ਡੁੱਬਦੇ ਹੋਏ ਅਰਥਚਾਰੇ ਨੂੰ ਬਾਹਰ ਕੱਢਿਆ ਬਿਲਕੁਲ, ਉਹ ਅੱਜ ਤੱਕ ਮਿਸਾਲ ਹੈ ਬਿਲਕੁਲ ਬਿਲਕੁਲ। ਲੇਕਿਨ ਡਾਕਟਰ ਮਨਮੋਹਨ ਸਿੰਘ ਨੇ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਹੋਈ ਸੀ ਆਪਣਾ ਨੋਟਬੰਦੀ ਉਦੋਂ ਵੀ ਕਿਹਾ ਸੀ ਕਿ ਸਾਡੇ ਦਿਨ ਆਉਣ ਵਾਲੇ ਚੰਗੇ ਨਹੀਂ ਹੈ ਜੀ। ਲੇਕਿਨ ਵਾਰ ਵਾਰ ਮਨ ਕੀ ਬਾਤ ਰਾਹੀਂ ਇਹ ਕਿਹਾ ਗਿਆ ਕਿ ਅਸੀਂ ਬਿਲਕੁਲ ਠੀਕ ਹੈ ਬਿਲਕੁਲ। ਔਰ ਐਸੇ ਹਾਲਾਤ ਸਨ ਕਿ ਇੱਕ ਪਾਸੇ ਜਿਹੜੇ ਕੋਈ ਘਟਨਾ ਮਾੜੀ ਵਾਪਰੀ ਹੋਈ ਦੇਸ਼ ਦੇ ਅੰਦਰ ਜੀ, ਔਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਮਨ ਕੀ ਬਾਤ ਕਰ ਰਹੇ ਸਨ ਹਾਂ ਰੇਡੀਓ ਦੇ ਬਿਲਕੁਲ ਬਿਲਕੁਲ। ਲੇਕਿਨ ਹੁਣ ਜਿਹੜੀ ਗੱਲ ਹੈ ਜੇਟਲੀ ਦਾ ਸੰਸਕਾਰ ਹੋਣ ਵਾਲਾ ਸੀ ਬਿਲਕੁਲ, ਔਰ ਉਧਰਲੇ ਬੰਨੇ ਮਨ ਕੀ ਬਾਤ ਦੇ ਵਿੱਚ ਵਧਾਈਆਂ ਦਾ, ਔਰ ਹੁਣ ਜਿਹੜੇ ਹਾਲਾਤ ਪੈਦਾ ਹੋਏ ਨੇ ਹੁਣ ਇਹ ਵਾਰ ਵਾਰ ਕਹਿ ਰਹੇ ਨੇ ਕਿ ਅਸੀਂ, ਲੇਕਿਨ ਡਾਕਟਰ ਮਨਮੋਹਨ ਸਿੰਘ ਅਜੇ ਵੀ ਇਹਨਾਂ ਨੂੰ ਤਾੜਨਾ ਕਰ ਰਹੇ ਨੇ। ਉਹ ਕਹਿੰਦੇ ਸਿਆਣੇ ਬੰਦੇ ਇਕੱਠੇ ਕਰ ਲਓ, ਤੁਸੀਂ ਹੁਣ ਦੱਸੋ ਕਿ ਜਿਹੜਾ ਕੋਈ ਬਾਹਰੋਂ ਨਿਵੇਸ਼ ਕਰਨ ਵਾਲਾ ਆਉਣਾ ਆ, ਜਿਹਨੇ ਪੈਸਾ ਇਨਵੈਸਟ ਕਰਨਾ ਆ, ਉਹ ਤੁਹਾਡੀ ਕਿਸ ਚੀਜ਼ ਦੀ ਸੁਰੱਖਿਆ ਜਾਂ ਸਿਕਿਉਰਿਟੀ ਹੈ ਤੁਹਾਡੇ ਕੋਲ ਬਿਲਕੁਲ, ਗਰੰਟੀ ਕੀ ਹੈ? ਉਹਨਾਂ ਨੇ ਪਹਿਲਾਂ ਟਵੀਟ ਕੀਤਾ ਸੀ ਬਕਾਇਦਾ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਰਿਜ਼ਰਵ ਸੋਨਾ ਸੀਗਾ ਉਹ ਬਾਹਰ ਕੱਢ ਦਿੱਤਾ ਬਿਲਕੁਲ, ਉਹਦੇ ਤੋਂ ਬਾਅਦ ਤੁਸੀਂ 1.76 ਜਿਹੜਾ ਲੱਖ ਕਰੋੜ ਜਿਹੜਾ ਆ ਉਹ ਬਾਹਰ ਕੱਢਦੇ ਆ ਜੀ। ਕਹਿੰਦੇ ਹੁਣ ਇਹ ਦੱਸੋ ਰਿਜ਼ਰਵ ਬੈਂਕ ਦੇ ਕੋਲ ਰਿਜ਼ਰਵ ਹੈ ਕੀ ਆ? ਨਹੀਂ, ਮੰਨ ਲਓ ਸਵਾਲ ਉਹਨਾਂ ਦਾ ਹੋਰ ਵੀ ਵੱਡਾ, ਹਾਂ ਬਈ 1.76 ਲੱਖ ਕਰੋੜ ਵਰਤਣਾ ਕਿੱਥੇ ਆ? ਉਹਦੇ ਲਈ ਕੋਈ ਪਲਾਨ ਹੈ? ਉਹ ਖੂਹ ਖਾਤੇ 'ਚ ਨਾ ਪੈ ਜੇ। ਦੇਖੋ ਉਹ ਤਾਂ ਕਾਰਨ ਹੈ ਕਿ ਉਹਦੇ ਬਾਰੇ ਵੀ ਅੰਕੜੇ ਅਜੇ ਸਪਸ਼ਟ ਨਹੀਂ ਹੈ ਜੀ। ਔਰ ਜਿਹੜੀ ਇਸ ਤੋਂ ਵੀ ਵੱਡੀ ਖਤਰਨਾਕ ਗੱਲ ਹੈ ਜੀ, ਇਹ ਤਾਂ ਕਹਿ ਰਹੇ ਨੇ ਕਿ ਨੋਟਬੰਦੀ ਜਿਹੜੀ ਸੀ ਉਹ ਸਾਨੂੰ ਤਾਂ ਲੈ ਗਈ, GST ਦਾ ਸਾਨੂੰ ਫਾਇਦਾ ਹੋ ਗਿਆ ਜੀ। ਲੇਕਿਨ ਬੀਤੇ ਕੱਲ ਪੰਜਾਬ ਦੇ ਵਿੱਚ ਜਿਹੜਾ ਵਪਾਰ ਮੰਡਲ ਹੈ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਹੈ, ਉਹਦੀ ਰੰਧਾਵਾ ਸਾਹਿਬ ਇੱਕ ਅਹਿਮ ਮੀਟਿੰਗ ਹੋਈ ਹੈ। ਅੱਛਾ, ਉਹਨਾਂ ਨੇ ਕਿਹਾ ਕਿ ਇਸ GST ਨੇ ਸਾਨੂੰ ਤਬਾਹ ਕਰ ਦਿੱਤਾ। ਓਕੇ, ਇਹ ਕਹਿੰਦੇ ਸੀ GST ਦੇ ਨਾਲ ਅਰਥਚਾਰਾ ਸੁਧਰਨਾ ਆ, ਅਰਥਚਾਰਾ ਤੇ ਉਹ ਤੋਂ ਵੀ ਥੱਲੇ ਜਾਣ ਡਿਆ, ਬੁਰੀ ਹਾਲਤ ਹੈ। ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਜੇ ਤੁਸੀਂ ਨਹੀਂ ਸੁਧਰਨਾ ਤੇ ਫਿਰ ਅਸੀਂ ਜੇ ਸਰਕਾਰ ਬਣਾ ਸਕਦੇ ਫਿਰ ਲਾ ਵੀ ਸਕਦੇ ਜੇ। ਅੱਛਾ, ਔਰ ਇਹ ਪਹਿਲੀ ਵਾਰ ਆ, ਹੁਣ 5 ਸਾਲ ਨਹੀਂ ਲਾ ਸਕਦੇ ਬਿਲਕੁਲ। ਇਹ ਪਹਿਲੀ ਵਾਰ ਆ ਕਿ ਜਿਹੜਾ ਪ੍ਰਦੇਸ਼ ਵਪਾਰ ਮੰਡਲ ਹੈ ਉਹ ਖੁੱਲ੍ਹ ਕੇ ਬੋਲ ਰਿਹਾ ਜੀ। ਔਰ ਇਹ ਗੱਲ ਉਸ ਵੇਲੇ ਅਹਿਮੀਅਤ ਰੱਖਦੀ ਆ ਜਦੋਂ ਭਾਜਪਾ ਵਰਗੀ ਪਾਰਟੀ ਜਿਹੜੀ ਆ ਉਹ ਵਪਾਰੀਆਂ ਦੀ ਪਾਰਟੀ ਮੰਨੀ ਜਾਂਦੀ ਹੈ। ਤੁਹਾਨੂੰ ਯਾਦ ਹੈ ਜੀ, ਤੁਹਾਨੂੰ ਯਾਦ ਹੈ ਕਿ ਬੜੇ ਵੱਡੇ ਸਿਆਣੇ ਲੋਕ ਕਹਿੰਦੇ ਸੀ ਜੀ, ਉਹ ਕਹਿੰਦੇ ਸੀ ਵੀ ਮੋਦੀ ਸਰਕਾਰ ਨੂੰ ਕਿਸੇ ਹੋਰ ਨੇ ਨਹੀਂ ਲਾ ਸਕਣਾ, ਨਾ ਕਾਂਗਰਸ ਬਦਲ ਸਕਦੀ ਨਾ ਕੋਈ ਹੋਰ ਜੀ, ਜਿੱਡਾ ਤਗੜਾ ਉਹਨਾਂ ਦਾ ਤੰਤਰ ਹੈ ਤੇ ਪਲੈਨਿੰਗ ਹੈ ਜੀ, ਉਹ ਆਪਣੇ ਭਾਰ ਨਾਲ ਹੀ ਡਿੱਗੂ ਬਿਲਕੁਲ। ਔਰ ਅੱਜ ਸਥਿਤੀ ਬਣ ਗਈ ਹੈ ਕਿ ਤੁਸੀਂ ਇੱਧਰ ਉੱਧਰ ਜਿੰਨੇ ਮਰਜ਼ੀ ਮਸਲਿਆਂ 'ਚ ਉਲਝਾ ਲਓ, ਕਸ਼ਮੀਰ ਨੂੰ ਲੈ ਲਓ, ਵਿਦੇਸ਼ੀਆਂ ਨਾਲ ਲੈ ਲਓ ਬਿਲਕੁਲ, ਤੁਸੀਂ ਟਰੰਪ ਦੀਆਂ ਗੱਲਾਂ ਕਰ ਲਓ ਜੀ, ਘਰ ਦੇ ਵਿੱਚ ਸਿਆਪਾ ਹੈ ਬਿਲਕੁਲ। ਇਹਨੂੰ ਕਿੱਦਾਂ ਸਜੋਗੇ? ਇਹ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ ਤੇ ਉਹਨਾਂ ਧੰਨ ਕਬੀਰਾਂ ਦੀਆਂ ਕੋਠੀਆਂ ਕਾਰਾਂ ਦਾ ਮਸਲਾ ਹੈ
ਜਿਨ੍ਹਾਂ ਦੇ ਹੁਣ ਪੈਸੇ ਸ਼ੇਅਰ ਬਾਜ਼ਾਰ 'ਚ ਇੱਦਾਂ ਲੁੜਕਦੇ ਤਾਂ ਤੇ ਨਾਲ ਹੀ ਦਿਲ ਦਿਮਾਗ ਸਾਹਿਬ ਹੀ ਤਾਂ ਰੰਧਾਵਾ ਜੀ ਇੱਕ ਸਾਫ਼ ਗੱਲ ਹੈ ਇੱਥੋਂ ਦੀ ਹੋਲਸੇਲ ਮਾਰਕੀਟ ਹੈ ਕਟਰਾਲੂ ਵਾਲੀ ਆ ਹਾਂਜੀ ਸ਼ਾਸਤਰੀ ਮਾਰਕੀਟ ਜੀ ਉਹ ਲੋਕ ਤਕੜੇ ਘਰਾਣੇ ਨੇ ਜਿਹੜੇ ਕਿ ਹੋਲਸੇਲ ਦੇ ਨੇ ਬਿਲਕੁਲ ਜੇ ਕੋਈ ਲੰਘਦੇ ਵੜਦੇ ਕੋਈ ਲਾਲਾ ਜੀ ਸੁੱਤੇ ਨਜ਼ਰ ਆਉਣਾ ਨਾ ਝੋਕ ਲੈਂਦੇ ਹੋਣ ਗੱਦੀ 'ਤੇ ਬੈਠੇ ਅਤੇ ਜਿਹੜਾ ਰਾਹ ਲੰਘਦਾ ਕੋਈ ਉਹੋ ਜਿਹਾ ਬੰਦਾ ਨਾ ਕਹਿੰਦਾ ਹਾਂਜੀ ਅੱਛੇ ਦਿਨ ਆ ਰਹੇ ਹੋ ਠੀਕ ਹੈ ਲੋਕ ਮਜ਼ਾਕ ਕਰਦੇ ਲੋਕ ਮਜ਼ਾਕ ਕਰਨ ਲੱਗ ਪਏ ਨੇ ਇਹਨਾਂ ਦੇ ਜਿਹੜੇ ਇਹਨਾਂ ਨੇ ਸਬਜ ਬਾਗ ਦਿਖਾਏ ਨੇ ਲੋਕ ਹੁਣ ਆਪਸ ਵਿੱਚ ਹੀ ਤਨਜ ਕਰਦੇ ਨੇ ਅਤੇ ਦੂਸਰਾ ਕਹਿੰਦਾ ਆਹੋ ਤੁਹਾਡੇ ਨਹੀਂ ਆਏ ਤਾਂ ਸਾਡੇ ਕਦੋਂ ਆਉਣੇ ਸੀ ਇੱਕ ਦੂਸਰੇ ਨੂੰ ਲੋਕ ਇਸ ਵੇਲੇ ਅੰਦਰੋਂ ਅੰਦਰੀ ਖਹਿ ਰਹੇ ਨੇ ਹੁਣ ਜਿਹੜਾ ਜਾਤਾਂ ਪ੍ਰਜਾਤਾਂ 'ਚ ਵੰਡ ਕੇ ਜੀ ਇਕੱਠੀ ਕੀਤੀ ਵੋਟ ਮੁੜ ਕੇ ਸੰਕਟ ਵੀ ਖੜਾ ਕਰਦੀ ਹੈ ਜੇ ਉਸ ਸੱਤਾ ਨੂੰ ਚਲਾਉਣ ਲਈ ਜ਼ਿੰਮੇਵਾਰ ਅਤੇ ਢੰਗ ਦੇ ਸਿਆਣੇ ਲੋਕ ਨਾ ਮਿਲਣ ਜੀ ਜੇ ਤੁਸੀਂ ਸਪੋਜ਼ ਮੈਂ ਆ ਜਾਂ ਸਰਦਾਰ ਸਾਹਿਬ ਆ ਅਸੀਂ ਇੱਕ ਹੱਥ ਵਿੱਚ ਤਾਕਤ ਇਕੱਠੀ ਕਰਕੇ ਰੱਖਣਾ ਚਾਹੀਏ ਤੇ ਮੇਰੇ ਖਿਆਲ ਕੁਛ ਵੀ ਨਹੀਂ ਹੋ ਸਕਦਾ ਜੇ ਅਸੀਂ ਦੋ ਗੱਲ ਕਰ ਰਹੇ ਹਾਂ ਤੇ ਗੱਲ ਦਾ ਸਵਾਦ ਹੈ ਜਾਂ ਗੱਲ ਦਾ ਇੱਕ ਅਸੀਂ ਪਰਖ ਪੜਚੋਲ ਕਰ ਸਕਦੇ ਜੀ ਅਦਰਵਾਈਜ਼ ਇੱਕ ਬੰਦਾ ਤਾਂ ਸਿਰਫ ਇਨਫੋਰਮੇਸ਼ਨ ਹੀ ਦੇ ਰਿਹਾ ਨਾ ਅਜੇ ਇੱਕ ਪਹਿਲੂ ਜਿਹੜਾ ਇਹਨਾਂ ਦੇ ਸਾਹਮਣੇ ਕਿਸੇ ਨੇ ਨਹੀਂ ਵਿਚਾਰਿਆ ਹੀ ਨਹੀਂ ਜੀ ਕਿ ਜਦੋਂ ਦਾ ਫਰਵਰੀ 'ਚ ਪੁਲਵਾਮਾ ਹਮਲਾ ਹੋਇਆ ਜੀ ਉਹਦੇ ਤੋਂ ਬਾਅਦ ਜਿਹੜਾ ਵਾਘੇ ਰਾਹੀਂ ਵਪਾਰ ਸੀ ਜੀ ਉਹ ਬੰਦ ਪਿਆ ਬਿਲਕੁਲ ਪਿਆ ਇੰਟੈਗਰੇਟਡ ਚੈੱਕ ਪੋਸਟ ਦੇ ਉੱਤੇ ਜਿਹੜਾ ਉੱਧਰੋਂ ਸੀਮਟ ਆਇਆ ਸੀ ਪਾਕਿਸਤਾਨ ਵੱਲੋਂ ਉਹ ਪਿਆ ਪਿਆ ਪੱਥਰ ਹੋ ਗਿਆ ਜੀ ਹੁਣ ਗੌਰਮੈਂਟ ਨੇ ਸੁਪਰੀਮ ਕੋਰਟ ਤੱਕ ਅਪਰੋਚ ਕੀਤੀ ਹੈ ਕਿ ਦੱਸੋ ਉਹਦਾ ਕੀ ਕਰਨਾ ਅੱਛਾ ਕਿਉਂਕਿ ਜਿਹਨਾਂ ਦਾ ਸੀਮਟ ਆ ਗਿਆ ਉਹਨਾਂ ਨੂੰ ਪੈਸੇ ਦੇਣੇ ਪੈਣੇ ਉਹਨਾਂ ਨੇ ਹੁਣ ਜਿਹਨੂੰ ਸੀਮਟ ਜਿਹਨੂੰ ਅੱਗੇ ਇੱਟਾਂ ਚੁਕਾਤੀਆਂ ਉਹ ਸੀਮਟ ਦੇ ਪੈਸੇ ਕਿੱਦਾਂ ਦੇਗਾ ਹਾਂ ਬਿਲਕੁਲ ਠੀਕ ਹੈ ਜਿਹੜਾ ਸੀਮਟ ਸੀਮਟ ਹੀ ਨਾ ਰਿਹਾ ਬਿਲਕੁਲ ਦੇਖੋ ਇਹ ਤੇ ਤੁਸੀਂ ਰੁਕਾ ਭੇਜਿਆ ਆਰਡਰ ਦਿੱਤਾ ਉਹਨਾਂ ਨੇ ਮਾਲ ਭੇਜਤਾ ਹਾਂਜੀ ਇੱਥੋਂ ਤੁਹਾਡਾ ਮਾਲ ਤੁਸੀਂ ਕਲੀਅਰ ਨਹੀਂ ਕੀਤਾ ਉਹ ਡੰਪ ਹੋ ਗਿਆ ਬਰਸਾਤਾਂ ਦਾ ਸੀਜ਼ਨ ਆ ਗਿਆ ਅਤੇ ਉਹ ਸੀਮਟ ਜਿਹੜਾ ਸੀ ਪੱਥਰ ਹੋ ਗਿਆ ਹੁਣ ਉਹ ਜਿਹੜਾ ਅਰਥਚਾਰਾ ਆ ਉਹ ਕਿੱਥੇ ਡਿੱਗਣਾ ਆ ਜਿਹਦੇ ਬਾਰੇ ਅਜੇ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਹੋਣਾ ਕੀ ਆ ਜਦੋਂ ਤੁਹਾਡਾ ਕਰੋੜਾਂ ਰੁਪਈਆ ਡੁੱਬ ਗਿਆ ਫਿਰ ਜਿਹੜਾ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ 'ਤੇ ਕਰੋੜਾਂ ਹੋਰ ਠੋਕ ਕੇ ਅਤੇ ਲੋਕਾਂ ਦੇ ਜੇਬਾਂ 'ਚੋਂ ਕੱਢਣਾ ਦਰਅਸਲ ਜਦੋਂ ਰਾਸ਼ਟਰਵਾਦ ਦੀ ਗੱਲ ਆਉਂਦੀ ਜੀ ਸਭ ਬੰਦ ਹੋ ਜਾਂਦੀ ਬੋਲਤੀ ਬਿਲਕੁਲ ਕਹਿੰਦੇ ਆ ਜੀ ਵਾਘੇ ਦੀ ਗੱਲ ਨਾ ਕਰੋ ਜੀ ਕਿਉਂਕਿ ਰਾਸ਼ਟਰ ਦਾ ਸਵਾਲ ਹੈ ਜੀ ਤੇ ਜਦੋਂ ਰਾਸ਼ਟਰ ਦਾ ਸਵਾਲ ਹੈ ਉਦੋਂ ਢਿੱਡੋਂ ਭੁੱਖੇ ਨੰਗੇ ਰਾਸ਼ਟਰ ਨੂੰ ਕੀ ਕਰਨਗੇ ਅਗਲੀ ਗੱਲ ਆ ਵੀ ਇਹੀ ਭਾਰਤੀ ਜਨਤਾ ਪਾਰਟੀ ਅੱਛਾ ਇਹਦੇ ਸਰਵੇ ਸਰਵਾ ਅਮਿਤ ਸ਼ਾਹ ਜੀ ਹੁਣ ਕਿਉਂਕਿ ਅਰੁਣ ਜੇਟਲੀ ਨਹੀਂ ਰਹੇ ਜੀ ਤੇ ਉਹ ਚਲੇ ਗਏ ਆ ਛੋਟੀ ਉਮਰੇ ਜੀ ਸਾਨੂੰ ਉਹਨਾਂ ਦੇ ਜਾਣ ਦਾ ਦੁੱਖ ਹੈ ਪੰਜਾਬ ਨਾਲ ਜੁੜੇ ਹੋਏ ਸੀ ਉਹਨਾਂ ਨਾਲ ਸੰਬੰਧਿਤ ਪੰਜਾਬ ਸੀ ਭਾਰਤੀ ਜਨਤਾ ਪਾਰਟੀ 'ਚ ਪੰਜਾਬ ਦੀ ਵੋਕਤ ਸਿਰਫ ਅਰੁਣ ਜੇਟਲੀ ਤੱਕ ਸੀ ਜੀ ਔਰ ਪੰਜਾਬ ਭਾਜਪਾ ਦੇ ਫੈਸਲੇ ਅਰੁਣ ਜੇਟਲੀ ਹੀ ਲੈਂਦੇ ਸੀ ਉਹ ਹੀ ਲੈਂਦੇ ਸਨ ਸਿਰਫ ਤਿੰਨ ਜਿਹੜੇ ਪਿਛਲੇ ਪ੍ਰਧਾਨ ਆ ਉਹਨਾਂ ਦੇ ਰਹਿਮੋ ਕਰਮ ਤੇ ਸੀ ਹੋਣ ਵਾਲਾ ਸ਼ਵੇਤ ਮਲਿਕ ਤੇ ਉਹਨਾਂ ਆਪ ਲਾਇਆ ਜੀ ਇਸ ਤੋਂ ਪਹਿਲੇ ਜਿਹੜੇ ਅਸ਼ਵਨੀ ਕੁਮਾਰ ਸੀਗੇ ਤੇ ਇੱਕ ਤੀਜੇ ਸੀ ਕਮਲ ਸ਼ਰਮਾ ਜੀ ਪਠਾਨਕੋਟ ਵਾਲੇ ਅਸ਼ਵਨੀ ਤੇ ਕਮਲ ਸ਼ਰਮਾ ਜੀ ਉਹ ਸਾਰੇ ਦੇ ਸਾਰੇ ਅਰੁਣ ਜੇਟਲੀ ਕਰਕੇ ਜੀਂਦੇ ਮਰਦੇ ਸੀ ਬਿਲਕੁਲ ਠੀਕ ਹੁਣ ਅਮਿਤ ਸ਼ਾਹ ਦਾ ਤਰੀਕਾ ਵੀ ਕੰਮ ਕਰਨ ਦਾ ਵੱਖਰਾ ਜੀ ਤੇ ਹੈਵੀ ਅਗਰੈਸਿਵ ਉਹਦੇ ਵਿੱਚ ਮੇਰੇ ਖਿਆਲ ਸ਼ਵੇਤ ਮਲਿਕ ਦੇ ਕਿਤੇ ਫਿੱਟ ਨਹੀਂ ਬਹਿੰਦੇ ਜਿਹੜੇ ਕੌਂਸਲਰ ਦੀ ਚੋਣ ਵੀ ਜਿੱਤਣਾ ਔਖਾ ਬਿਲਕੁਲ ਉਹਨਾਂ ਨੂੰ ਚਾਹੀਦਾ ਹੈ ਕਿ ਬੂਥ ਲੈਵਲ ਤੱਕ ਦਾ ਕੰਮ ਔਰ ਸਟੇਟ ਵਾਲਾ ਬੰਦਾ ਸਟੇਟ ਦੇ ਲੈਵਲ ਦਾ ਹੋਵੇ ਜੀ ਹੁਣ ਦੇਖਣ ਵਾਲੀ ਗੱਲ ਆ ਵੀ ਅਗਲੇ ਦਿਨਾਂ 'ਚ ਅਮਿਤ ਸ਼ਾਹ ਦਾ ਪੰਜਾਬ ਨੂੰ ਲੈ ਕੇ ਰੁੱਖ ਕੀ ਰਹਿੰਦਾ ਕਿਉਂਕਿ ਅਮਿਤ ਸ਼ਾਹ ਦੇ ਕੱਲ੍ਹ ਵਾਲੇ ਬਿਆਨ ਤੋਂ ਇੰਝ ਲੱਗਦਾ ਕਿ ਅਜੇ ਉਹ ਅਕਾਲੀ ਦਲ ਨੂੰ ਗਵਾਉਣਾ ਨਹੀਂ ਚਾਹੁੰਦੇ ਜੀ ਅਜੇ ਉਹਨਾਂ ਦੀ ਇੱਛਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਘੱਟ ਗਿਣਤੀਆਂ ਪ੍ਰਤੀ ਜਿਹੜਾ ਚਿਹਰਾ ਹੈ ਜੀ ਉਹਨੂੰ ਅਕਾਲੀ ਦਲ ਤੇ ਸਿੱਖਾਂ ਨਾਲ ਜੋੜ ਕੇ ਇਸ ਤਰ੍ਹਾਂ ਵਿਖਾਇਆ ਜਾਵੇ ਕਿ ਅਸੀਂ ਅਜੇ ਵੀ ਘੱਟ ਗਿਣਤੀ ਸਾਡੇ ਨਾਲ ਹੈ ਅੱਛਾ ਘੱਟੋ ਘੱਟ ਇੱਕ ਘੱਟ ਗਿਣਤੀ ਕਿਉਂਕਿ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਦੇਖਣ ਨਾਲ ਹੀ ਇੰਜ ਹੋ ਜਾਂਦਾ ਨਾ ਵੀ ਅਕਾਲੀ ਦਲ ਨਾਲ ਸਮਝੌਤਾ ਜੀ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪ੍ਰਦੇਸ਼ ਇਕਾਈ ਹੈ ਪੰਜਾਬ ਵਾਲੀ ਜੀ ਇਹਦੇ ਵਿੱਚ ਵੀ ਕਈ ਕੁਝ ਉਲਟ ਸਿੱਧਾ ਹੋਣ ਦੀ ਸੰਭਾਵਨਾ ਹੈ ਛਾਨਣਾ ਲੱਗੇਗਾ ਹੋਣਾ ਚਾਹੀਦਾ ਛਾਨਣਾ ਲੱਗੇ ਔਰ ਅਜੇ ਤੱਕ ਉਹ ਕਹਿੰਦੇ ਆ ਵੀ ਸਾਂਝ ਤੇ ਅਕਾਲੀ ਦਲ ਨਾਲ ਰੱਖਣੀ ਹੈ ਜੀ ਪਰ ਥੋੜੀ ਜਿਹੀਆਂ ਸੀਟਾਂ ਵਧਾ ਦਿਓ ਅੱਛਾ ਇਹ ਵੀ ਸਿਆਪਾ ਪੈਣ ਵਾਲਾ ਅਮਿਤ ਸ਼ਾਹ ਕਹਿੰਦੇ ਆ ਵੀ ਅਸੀਂ ਪੱਕੇ ਭਾਈਵਾਲ ਜੀ ਪਰ ਸਾਡੀ ਭਾਈਵਾਲੀ ਥੋੜੀ ਵਧਾ ਦਿਓ ਇੱਜ਼ਤ ਦਾ ਸਵਾਲ ਹੈ ਤਰਲਾ ਹੀ ਆ ਵਧਾ ਦਿਓ ਹੁਣ ਸੁਖਬੀਰ ਸਿੰਘ ਅਮਿਤ ਸ਼ਾਹ ਦਾ
ਬੇਨਤੀ ਕੀਤੀ ਹੋਈ ਨੂੰ ਕਿੰਨਾ ਕੁ ਪ੍ਰਵਾਨ ਕਰਦੇ ਦੇਖਣਾ ਹੋਊਗਾ ਜੀ। ਅੱਛਾ, ਦੂਜੀ ਗੱਲ ਇਹ ਵੀ ਆ ਕਿ ਸੁਖਬੀਰ ਸਿੰਘ ਬਾਦਲ ਗੁਆਂਢੀ ਰਾਜਾਂ ਨੂੰ ਹੋਏ ਫਿਰਦੇ ਆ, ਇੱਕ ਸਵਾਲ ਹੋ ਸਕਦਾ ਵੀ ਕਿਤੇ ਇਹ ਨਾ ਹੋਵੇ ਕਿ ਉੱਥੇ ਇੱਕ ਇੱਕ ਸੀਟ ਇਹਨਾਂ ਨੂੰ ਦੇ ਕੇ ਕਹਿਣ ਵੀ ਪੰਜਾਬ 'ਚ ਸਾਡੀਆਂ ਜਿਹੜੀਆਂ ਵਾ ਉਹ 21-22 ਤੋਂ ਵਧਾ ਕੇ ਵਧਾ ਦਿਓ, ਅੱਛਾ 40 ਕਰ ਦਿਓ। ਅਕਾਲੀ ਦਲ ਲਈ ਸੰਕਟ ਦੀ ਘੜੀ ਆ। ਹਰਿਆਣੇ 'ਚ ਜਿਹੜਾ ਨਾ ਜੀ, ਹਰਿਆਣੇ 'ਚ ਜਿੱਦਾਂ ਦਰਦਾਰ ਸਿੰਘ ਨਲਵੀ ਨੇ ਕਹਿਤਾ ਸੀ ਜੀ ਕਿ ਸਾਡੀ ਭਾਜਪਾ ਨਾਲ ਮੀਟਿੰਗ ਹੋ ਰਹੀ ਆ, ਠੀਕ ਹੈ ਜੀ ਜੀ। ਲੇਕਿਨ ਜਿਹੜੇ ਉਹਨਾਂ ਦੇ ਉੱਥੇ ਜਨਰਲ ਸਕੱਤਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋਗਾ ਸਿੰਘ ਜੀ, ਉਹ ਕਹਿੰਦੇ ਜੀ ਇਸ ਮੁੱਦੇ ਬਾਰੇ ਦਰਦਾਰ ਸਿੰਘ ਨਲਵੀ ਨੂੰ ਕੋਈ ਅਧਿਕਾਰ ਨਹੀਂ ਹੈ। ਅੱਛਾ, ਉੱਥੇ ਪੰਗਾ ਪੈ ਗਿਆ? ਉੱਥੇ ਵੀ ਪੰਗਾ ਪੈ ਗਿਆ। ਸਰਦਾਰ ਜੋਗਾ ਸਿੰਘ ਜਿਹੜੇ ਨੇ ਉਹ ਖਾੜਕੂ ਨੇ, ਬੋਲੀ ਦੇ ਹਿਸਾਬ ਨਾਲ ਖਾੜਕੂ ਨੇ। ਅੱਛਾ, ਹਰਿਆਣੇ ਦੇ ਵਿੱਚ ਜਿਹੜਾ ਹੁੱਡਾ ਨੇ ਜੀ, ਇਹ ਮਦਦ ਬੜੀ ਇਹਨਾਂ ਦੀ ਕੀਤੀ ਸੀ। ਉਹੀ ਤੁਹਾਨੂੰ ਦੱਸਿਆ ਨਾ, ਕਮੇਟੀ ਬਣਾਤੀ ਇਹਨਾਂ ਦਾ ਕਿਤੇ ਨਾ ਕਿਤੇ। ਕਿਉਂ ਦੇਖੋ, ਜਦੋਂ ਵੱਖਰੀ ਹਰਿਆਣਾ ਸਿੱਖ ਗੁਰਦੁਆਰੇ ਦਾ ਰੌਲਾ ਪੈਂਦਾ, ਕਮੇਟੀ ਦਾ ਰੌਲਾ ਪੈਂਦਾ ਨਾ ਜੀ, ਉਦੋਂ ਅਕਾਲੀ ਦਲ ਨੇ ਪ੍ਰਚਾਰੇ ਇਹੋ ਸੀ ਵੀ ਇਹ ਕਾਂਗਰਸ ਦੀ ਬੀ ਟੀਮ ਆ। ਇਹੀ ਆ ਉਹ, ਲੇਕਿਨ ਉਹਨਾਂ ਨੇ ਫਿਰ ਮਦਦ ਵੀ ਕਰਤੀ, ਮਦਦ ਵੀ ਕਰ ਦਿੱਤੀ। ਔਰ ਉਹਦੇ ਤੋਂ ਬਾਅਦ ਜਦੋਂ ਮਾਹੌਲ ਬਦਲਿਆ ਇਹਨਾਂ ਨੇ ਜੀ, ਇਹਨਾਂ ਨੇ ਫਿਰ ਉੱਥੇ ਬੀਜੇਪੀ ਦੀ ਮਦਦ ਦੇ ਨਾਲ ਹੀ ਉਹਨਾਂ ਨੂੰ, ਝੀਂਡੇ ਨੂੰ, ਦਰਦਾਰ ਸਿੰਘ ਨਲਵੀ ਨੂੰ, ਇੱਥੋਂ ਤੱਕ ਜਿਹੜਾ ਬਾਬਾ ਦਾਦੂਵਾਲ ਹੈ, ਬਾਬਾ ਬਲਜੀਤ ਸਿੰਘ ਦਾਦੂਵਾਲ, ਪਹਿਲਾਂ ਉਹਨੂੰ ਚੁੱਕ ਕੇ ਤੇ ਉਹਦੇ ਕੋਲ ਗੁਰਦੁਆਰਾ ਖੋਲਿਆ, ਹਾਂਜੀ ਠੀਕ ਹੈ ਜੀ ਜੀ। ਫਿਰ ਬਾਅਦ 'ਚ ਉਹਦੇ ਨਾਲ ਸਮਝੌਤਾ ਗਿਆ ਤੇ ਫਿਰ ਹੁਣ ਗੁਰਦੁਆਰਾ ਵਾਪਸ ਦੇ ਦਿੱਤਾ। ਇਹ ਤਕੜਾ ਡਰਾਮਾ ਹੁੰਦਾ ਰਿਹਾ। ਲੇਕਿਨ ਹੁਣ ਜਦੋਂ ਇਹ ਗੱਲ ਹੈ, ਗਲਤ ਕਬਜ਼ੇ ਦੀ ਹੈ ਨਾ, ਪਹਿਲੀ ਗੱਲ ਤਾਂ ਇਹ ਆ ਕਿ ਇਸ ਵੇਲੇ ਭਾਜਪਾ ਨੂੰ ਲੋੜ ਹਰਿਆਣੇ 'ਚ ਸੀਟਾਂ ਦੀ ਹੈ ਬਰਕਰਾਰ ਰੱਖਣ ਦੀ। ਬਿਲਕੁਲ, ਹੁਣ ਅਕਾਲੀ ਦਲ ਉੱਥੇ ਜੇ ਚੁਟਾਲਾ ਸਾਹਿਬ ਨੂੰ ਮਦਦ ਕਰਦਾ, ਅਨੈਲੋ ਨੂੰ ਕਰਦਾ, ਘੱਟ ਚਾਂਸ ਆ, ਤੇ ਫਿਰ ਭਾਜਪਾ ਨਾਰਾਜ਼ ਆ। ਤੇ ਜੇ ਚੁਟਾਲੇ ਦੀ ਮਦਦ ਨਹੀਂ ਕਰਦੇ ਸਰ, ਅਗਲਿਆਂ ਨੇ ਆਪਣੇ ਘਰ ਲਈ ਪੰਜਾਬ ਦੇ ਹਿੱਤ ਗਹਿਣੇ ਪਾ ਤੇ ਵੇਚ ਤੇ ਲੁੱਟਤਾ ਸਾਰਾ, ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਵੀ ਉੱਥੇ ਘਰ ਦਾ ਇੱਕ ਮੈਂਬਰ ਬੈਠਾ ਉੱਤੇ, ਹਾਂਜੀ, ਉਹ ਤੁਹਾਨੂੰ ਲੱਗਦਾ ਚੁਟਾਲਿਆਂ ਵੱਲ ਜਾਣਗੇ? ਕਦੀ ਨਹੀਂ। ਜਿੰਨੀ ਸਾਂਝ ਮਤਲਬ ਪ੍ਰਸਤੀ ਦੀ ਆ, ਚੁਟਾਲਿਆਂ ਨਾਲ ਵੀ ਤੇ ਸਾਂਝ ਇਹੀ ਸੀ ਨਾ, ਤੁਸੀਂ ਪੰਜਾਬ 'ਚ ਫਾਇਦੇ ਲਓ, ਸਾਨੂੰ ਹਰਿਆਣੇ 'ਚ ਦੇ ਦਿਓ। ਪਰ ਇੱਕ ਚੀਜ਼ ਹੈ ਜਿਹੜੀ ਨਵੀਂ ਖਬਰ ਆਈ ਹੈ ਕਿ ਤੁਹਾਨੂੰ ਯਾਦ ਆ ਜਦੋਂ ਚੁਟਾਲਾ ਸਾਹਿਬ ਦੀ ਧਰਮਸਪਤਨੀ ਚੜ੍ਹਾਈ ਕਰ ਗਈ, ਬਾਦਲ ਸਾਹਿਬ ਤੇ ਸੁਖਬੀਰ ਗਏ ਸੀ, ਉਹਦੇ ਭੋਗ ਤੇ ਗਏ ਸੀ, ਤੇ ਬਾਦਲ ਸਾਹਿਬ ਨੇ ਦੋਨਾਂ ਨੂੰ ਕਿਹਾ ਸੀ ਉਹਦੇ ਬੱਚਿਆਂ ਨੂੰ ਇਕੱਠੇ ਹੋ ਜਾਓ ਭਾਈ, ਇਕੱਠੇ ਹੋ ਜਾਓ, ਤੇ ਉਹਨਾਂ ਬੱਚਿਆਂ ਨੇ ਹਾਮੀ ਨਹੀਂ ਸੀ ਭਰੀ, ਨਹੀਂ ਭਰੀ। ਹੁਣ ਜਿਹੜੀ ਖਬਰ ਆ ਰਹੀ ਹੈ ਕਿ ਜਿਤੇ ਹਰਿਆਣਾ ਦੇ ਵਿੱਚ ਜਿੱਦਾਂ ਖਾਪ ਪੰਚਾਇਤਾਂ ਜਿਹਨੂੰ ਕਹਿੰਦੇ ਨੇ, ਹਾਂਜੀ, ਜਿਹੜੀਆਂ ਕਾਫੀ ਵਕਾਰੀ ਨੇ, ਔਰ ਉਹਨਾਂ ਦਾ ਕੋਈ ਸਖਤ ਫੈਸਲੇ ਲੈਣ ਲਈ ਜਾਣੀ, ਸਖਤ ਫੈਸਲੇ ਲਈ ਜਾਣੀਆਂ ਜਾਂਦੀਆਂ, ਔਰ ਉਹਨਾਂ ਦਾ ਲੋਕਾਂ ਤੇ ਪ੍ਰਭਾਵ ਵੀ ਹੈ, ਦਬਦਬਾ ਵੀ ਹੈ। ਹੁਣ ਉਹ ਅੱਗੇ ਆਈਆਂ ਨੇ ਦੋਨਾਂ ਭਰਾਵਾਂ ਨੂੰ ਕਹਿਣ ਲਈ ਕਿ ਤੁਸੀਂ ਬੈਠੋ ਸਾਡੇ 'ਚ, ਅੱਛਾ ਤੁਹਾਡਾ ਨਹੀਂ ਹੈ ਨਿਬੜਨਾ, ਅਸੀਂ ਤੁਹਾਡਾ ਨਿਬੇੜਾਂਗੇ। ਉਹ ਹੈ ਵੀ ਟੇਢ ਆ, ਜੇ ਜਿਹੜਾ ਨਾਮ ਮੰਨਿਆ ਉਹਨੂੰ ਕਹਿਣਾ ਨਾ ਜੁੱਤੀ ਵੀ ਫੇਰਾਂਗੇ। ਮੈਂ ਕਹਿੰਦੀ ਉਹਨਾਂ ਜੁੱਤੀ ਫੇਰਨੀ, ਉਹਨਾਂ ਕਹਿਣਾ ਇਹਦਾ ਹੁੱਕਾ ਪਾਣੀ ਬੰਦ ਕਰ ਦਿਓ। ਅੱਛਾ, ਜਾਂਦੇ ਜਿਹੜੀ ਉਹ ਸਿੱਧੀ ਭਾਸ਼ਾ 'ਚ ਕਹਿੰਦੇ ਨੇ, ਚਲੋ ਇਹ ਕਿਉਂ, ਜੇ ਉੱਧਰ ਚੁਟਾਲੇ ਨੂੰ ਇਹ ਬੜਾ ਸਾਫ਼ ਹੋਏਗਾ ਕਿ ਚੁਟਾਲਾ ਸਾਹਿਬ ਨੂੰ ਅਖੀਰ ਬਾਦਲ ਸਾਹਿਬ ਕਹਿਣਗੇ ਚਲੋ ਤਾਇਆ ਜੀ ਤੁਸੀਂ ਥੋੜ੍ਹੇ ਚਿਰ ਭਾਣਾ ਮੰਨ ਲਓ, ਅਸੀਂ 2022 'ਚ ਤੁਹਾਡੇ ਨਾਲ ਗੱਲ ਕਰ ਲਾਂਗੇ, ਛੋਟੇ ਬਾਦਲ ਕਹਿਣਗੇ। ਅੱਛਾ, ਅਗਲੀ ਗੱਲ ਜਿਹੜੀ ਆ, ਕਿਉਂਕਿ ਸਮਾਂ ਬੜਾ ਹੋ ਗਿਆ ਜੀ, ਆਪਣੇ ਸੰਨੀ ਦਿਓਲ ਬਾਰੇ ਕੋਈ ਪਤਾ ਜੇ ਕਿਤੇ ਵੇਖੇ ਅੱਜ ਕੱਲ੍ਹ? ਨਹੀਂ, ਉਹ ਤਾਂ ਗੱਲ ਹੈ ਜੀ ਵੀ ਥੋੜ੍ਹਾ ਜਿਹਾ ਨਾ ਕਿਤੇ ਰੁੱਝਿਆ ਆ, ਕਹਿੰਦੇ ਮੁੰਡੇ ਨੂੰ ਲਾਂਚ ਕਰਨ ਲੱਗੇ, ਨਵੀਂ ਫਿਲਮ ਲੱਗੇ ਲਿਆਉਣ। ਅੱਛਾ, ਉਹ ਪਰਿਵਾਰਕ ਮਸਲਿਆਂ 'ਚ ਉਲਝੇ ਆ। ਅੱਛਾ, ਇੱਧਰਲੇ ਬੰਨੇ ਗੁਰਦਾਸਪੁਰੀਆਂ ਨੇ ਇੱਕ ਮੂਵ ਸ਼ੁਰੂ ਕੀਤੀ ਹੈ। ਹਾਂ, ਕੁਝ ਨਵੇਂ ਨਵੇਂ ਮੁੰਡੇ ਕਹਿੰਦੇ ਆ ਵੀ ਦੇਖੋ ਸੈਲਫੀਆਂ ਜਿਹੜੀਆਂ ਖਿਚਾਈਆਂ, ਅੱਛਾ, ਇਹ ਹੁਣ ਤੰਗ ਬੜਾ ਕਰਦੀਆਂ ਵੀ ਜੇ ਤੂੰ ਨਜ਼ਰ ਨਹੀਂ ਆਉਣਾ, ਅੱਛਾ, ਤੇ ਭਰਾਵਾ ਅਸੀਂ ਫੋਨ 'ਚੋਂ ਤੇਰੀਆਂ ਸੈਲਫੀਆਂ ਡਿਲੀਟ ਕਰ। ਫਿਰ ਕੀ ਕਰ, ਸੈਲਫੀ ਕਿਹਨੂੰ ਦਿਖਾਉਣ ਜਾ ਕੇ? ਹਾਂ, ਸੈਲਫੀ ਦਿਖਾਉਣ ਕਿਹਨੂੰ? ਕਿਉਂਕਿ ਜਿਹੜਾ ਇਹਨਾਂ ਨੇ ਆਪਣਾ ਕੋਈ OSD ਲਾਇਆ ਸੀਗਾ ਜੀ, ਉਹ ਤੇ ਸ਼ਾਇਦ ਰੋਪੜ ਸਾਈਡ ਦਾ ਹੀ ਕਿਤੇ, ਹਾਂਜੀ ਹਾਂਜੀ, ਠੀਕ ਹੈ ਜੀ ਜੀ। ਤੇ ਜੇ ਸੰਨੀ ਨੇ ਨਹੀਂ ਆਉਣਾ ਤੇ ਫਿਰ OSD ਨੇ ਕਿਉਂ ਆਉਣਾ? ਨਹੀਂ, ਪਰ ਸਵਾਲ ਇਹ ਹੈ ਕਿ BJP ਨੇ ਇਲੈਕਸ਼ਨ ਜਿੱਤਣ ਲਈ ਜੀ ਆਪਣਾ ਜਿਹੜਾ ਵਾ ਉਹ ਬਹੁਮਤ ਲਈ ਜੀ ਪਲੈਨਿੰਗ ਕੀਤੀ ਸੀ ਵੀ ਕਿਸ ਸੀਟ ਤੇ ਕਿਸ ਤਰ੍ਹਾਂ ਦੇ ਸਮੀ ਕਰਨਾ। ਗੁਰਦਾਸਪੁਰ ਵਾਲੀ ਸੀਟ ਕਿਉਂਕਿ ਪਰਲੇ ਪਾਸੇ ਹਿੰਦੂ ਇਲਾਕਾ ਹੈ ਜ਼ਿਆਦਾ ਜੀ, ਇਹਨਾਂ ਨੂੰ ਲੱਗਦਾ ਸੀ ਕਿ ਇੱਥੇ ਕੋਈ ਕੈਂਡੀਡੇਟ ਇਸ ਤਰ੍ਹਾਂ ਦਾ ਹੋਵੇ ਜੀ ਜਿਹੜਾ ਬਹੁਤਾ ਮੁੱਦਿਆਂ ਮੱਦਿਆਂ ਨੂੰ ਨਾ ਫੜੇ। ਬਿਲਕੁਲ, ਔਰ ਕਿਉਂਕਿ ਉੱਧਰ ਦੀ ਜਨਤਾ ਮੁੱਦਿਆਂ ਨੂੰ ਫੜਦੀ ਵੀ ਨਹੀਂ। ਬਿਲਕੁਲ, ਉਹਨਾਂ ਵਿਰੋਧ ਖੰਨੇ ਨੂੰ ਵੀ ਬੜੇ ਸਾਲ ਐਵੇਂ ਹੀ ਜਿਤਾ ਛੱਡਿਆ, ਬੱਲੇ ਵਿਰੋਧ ਕਰਨਾ ਜੀ ਜੀ। ਤੇ ਇਸ ਵਾਰੀ ਜਿਹੜੀ ਸਥਿਤੀ ਬਣੀ ਕਿ ਪੰਜਾਬ ਦੇ ਵਿੱਚੋਂ ਵੀ 2 ਸੀਟਾਂ ਕੱਢ ਕੇ ਲੈ ਗਏ ਜੀ, ਉਹ 2 ਸੀਟਾਂ ਲਿਜਾਣ ਦਾ ਹੁਣ ਤਰੀਕਾ ਕੀ ਹੈ ਕਿ ਜਾਂ ਤਾਂ ਤੁਸੀਂ ਆਪਣੇ ਬੰਦੇ ਉਹ ਦਿਓ ਜਿਹੜੇ ਲੋਕਾਂ ਦੇ ਕੰਮ ਆਉਣ ਜੀ, ਜੇ ਕੰਮ ਹੀ ਨਹੀਂ ਆਉਣਾ ਤੇ ਫਿਰ ਭਾਈ ਕੋਈ ਹੋਰ ਪ੍ਰਾਵਧਾਨ ਕਰ ਦਿਓ, ਪ੍ਰਬੰਧ ਕਰ ਦਿਓ ਜੀ। ਸੰਨੀ ਦਿਓਲ ਨਾ ਮੁੜਿਆ ਨਾ ਉਹਨੇ ਮੁੜਨਾ ਜੀ, ਜੇ ਆਊਗਾ ਵੀ ਇੱਕ ਦਿਨ ਆਊਗਾ, ਖੂਬ ਫੋਟੋਆਂ ਲਵਾਊਗਾ, ਬਿਲਕੁਲ ਲੋਕਾਂ ਨੂੰ ਦਿਖਾ ਦਊਗਾ ਕਿ ਮੈਂ ਆਇਆ,
ਬਿਲਕੁਲ ਇੱਥੇ ਤੇ ਹਰ ਦਿਨ ਲੋਕਾਂ ਦਾ ਜੀਣਾ ਮਰਨਾ ਮਸਲੇ ਹੀ ਨੇ ਜੀ ਜੇਕਰ ਤੁਸੀਂ ਉਹਨਾਂ ਦਾ ਉਹਨਾਂ ਦੇ ਵਿੱਚ ਪੂਰੇ ਨਹੀਂ ਉਤਰਦੇ ਤੇ ਫਿਰ ਤੁਹਾਨੂੰ ਸਿਆਸਤ ਵਿੱਚ ਰਹਿਣ ਦਾ ਹੱਕ ਨਹੀਂ ਧਰਮਿੰਦਰ ਬਹੁਤ ਵਧੀਆ ਇਨਸਾਨ ਹੈ ਜੀ ਉਹਨੇ ਆਪਣੀ ਕਾਬਲੀਅਤ ਦੇ ਦਮ ਤੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਮੈਂ ਤੁਹਾਡੇ ਨਾਲ ਥੋੜਾ ਜਿਹਾ ਰੋਕਣ ਲੱਗਾ ਜੀ ਧਰਮਿੰਦਰ ਨੇ ਸ਼ਾਇਦ ਕਿਹਾ ਸੀਗਾ ਵੀ ਕਾਕਾ ਭਗਵੰਤ ਮਾਨ ਕੋਲੋਂ ਕੰਮ ਕਰਨਾ ਸਿੱਖ ਲਾ ਤੇ ਫਿਰ ਉਹ ਆਪਣੇ ਘਰ ਦੇ ਜੀ ਨਾ ਬਾਹਰ ਕੱਢਣੇ ਸ਼ੁਰੂ ਕਰ ਦੇ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਕਿ ਨਾ ਲੈ ਲੈ ਹੋ ਸਕਦਾ ਉਹਨੂੰ ਕਿਹਾ ਨਾ ਬੇਟਾ ਮੈਂ ਇੱਕ ਵਾਰੀ ਤੈਨੂੰ ਪੁੱਤ ਸਮਝਾਇਆ ਸੀ ਨਾ ਮੇਰਾ ਪਹਿਲਾ ਸੁਝਾਅ ਕੈਂਸਲ ਓਹੋ ਅੱਛਾ ਧਰਮਿੰਦਰ ਨੂੰ ਸਵਾਲ ਹੈ ਵੀ ਜਵਾਨ ਤੇ ਰਹਿਣਾ ਤੇ ਬਣਦਾ ਬਿਲਕੁਲ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਲਈਆਂ ਬਿਲਕੁਲ ਤੇ ਧਰਮਿੰਦਰ ਜੀ ਮੁੰਡੇ ਨੂੰ ਸਮਝਾਓ ਵੀ ਹੁਣ ਨਹੀਂ ਚਲੋ ਜੇ ਜੇ ਪੁੱਤ ਵਿਹਲਾ ਨਹੀਂ ਆ ਤੇ ਤੁਸੀਂ ਚਾਰ ਦਿਨ ਪੰਜਾਬ ਚ ਆ ਜਾਓ ਨਹੀਂ ਤੁਸੀਂ ਇੱਥੇ ਜੇ ਵੀ ਬਣਾ ਲਓ ਬੱਕਰੀਆਂ ਰੱਖ ਲਓ ਇਹਨਾਂ ਨੇ ਉੱਥੇ ਵਾਵਾ ਭੇਡਾਂ ਭੂਡਾਂ ਰੱਖੀਆਂ ਬਿਲਕੁਲ ਤੇ ਤੁਸੀਂ ਇੱਥੇ ਵੀ ਇੱਕ ਦੋ ਤਿੰਨ ਕਿੱਲੇ ਚਾਰ ਕਿੱਲੇ ਲੈ ਕੇ ਤੇ ਹਵੇਲੀ ਬਣਾ ਲਓ ਬਿਲਕੁਲ ਅਸੀਂ ਵੀ ਆ ਜਾ ਕਰਾਂਗੇ ਕਦੀ ਕਦਾਈ ਵਿਹਲੇ ਬਿਲਕੁਲ ਔਰ ਘੱਟੋ ਘੱਟ ਪੰਜਾਬ ਦੇ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਜੀ ਜਿਹਨਾਂ ਨੇ ਕਿਸੇ ਆਸ ਦੇ ਨਾਲ ਤੁਹਾਨੂੰ ਪਾਰਲੀਮੈਂਟ ਚ ਪਹੁੰਚਾਇਆ ਜੀ ਉਹਨਾਂ ਦੀ ਆਸ ਨੂੰ ਨਿਰਾਸ਼ ਨਾ ਕਰੋ ਗੁਰਦਾਸਪੁਰੀਓ ਤੁਹਾਨੂੰ ਵੀ ਮਿਲਣਾ ਹੈ ਹਾਂ ਕਿੰਨੇ ਕੁ ਸਾਲ ਇੰਜ ਦੇ ਬੰਦੇ ਚੁਣਦੇ ਰਹੋਗੇ ਫੋਟੋਆਂ ਦੇਖ ਕੇ ਹੱਥ ਜਿਹਾ ਲਾ ਕੇ ਖੁਸ਼ ਹੋ ਜਾਂਦੇ ਬਿਲਕੁਲ ਬਿਲਕੁਲ ਕੋਈ ਕੰਮ ਵਾਲਾ ਬੰਦਾ ਵੀ ਲੱਭੋ ਇਹਨਾਂ ਲੋਕਾਂ ਨੇ ਇਹਨਾਂ ਦੇ ਇਹਨਾਂ ਚੋਂਚਲਿਆਂ ਨੇ ਸਾਡੀ ਜ਼ਿੰਦਗੀ ਹਰਾਮ ਕਰਕੇ ਖਰਾਬ ਕਰਕੇ ਰੱਖਤੀ ਹੈ ਬਹੁਤ ਸਾਰੇ ਕੰਮ ਪੈਂਡਿੰਗ ਨੇ ਕੰਮ ਕੀ ਹੋਣੇ ਆ ਇਹ ਤੇ ਸ਼ਕਲਾਂ ਵਿਖਾਉਣੋ ਹੀ ਗਏ ਇੱਕ MP ਬੜੀ ਵੱਡੀ ਪਾਵਰ ਹੁੰਦਾ ਹੈ ਬਿਲਕੁਲ ਵਿਧਾਨ ਸਭਾ ਤਾਂ ਇੱਕ ਛੋਟਾ ਜਿਹਾ ਮੰਚ ਹੈ ਸੀਮਿਤ ਸਾਧਨ ਹੁੰਦੇ ਆ ਬਿਲਕੁਲ ਪਾਰਲੀਮੈਂਟ ਕੋਲ ਜੇਕਰ ਕੋਈ ਬੰਦਾ ਪਾਰਲੀਮੈਂਟ 'ਚ ਵੱਡੇ ਮਸਲੇ ਉਠਾ ਸਕੇ ਹਲਕੇ ਨਾਲ ਸੰਬੰਧਿਤ ਉਹਨਾਂ 'ਤੇ ਜਿੰਨੀ ਜਲਦੀ ਕਾਰਵਾਈ ਹੁੰਦੀ ਹੈ ਕਿਉਂਕਿ ਜੇ ਉਹ ਜੋ ਰਿਕਾਰਡ 'ਤੇ ਆ ਜਾਂਦਾ ਪਾਰਲੀਮੈਂਟ 'ਚ ਵੀ ਤੁਸੀਂ ਕੋਈ ਸਵਾਲ ਉਠਾਇਆ ਉਹਦਾ ਉਸ ਵਜ਼ੀਰ ਨੇ ਜਵਾਬ ਦਿੱਤਾ ਅਤੇ ਅਗਲੀ ਵਾਰੀ ਫਿਰ ਕਟਹਿਰੇ 'ਚ ਖੜੇ ਹੋਣ ਦਾ ਡਰ ਹੁੰਦਾ ਇਸ ਕਰਕੇ ਅਗਲੇ ਕਹਿੰਦੇ ਵੀ ਕੰਮ ਫਲਾਣਾ ਕਹਿ ਕੇ ਆਏ ਹਾਂ ਕਰ ਦਿਓ ਜੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਮੈਂਬਰ ਪਾਰਲੀਮੈਂਟ ਅਤੇ MLA ਚੰਗੇ ਚੁਣੋ ਫਿਰ ਹੀ ਇਹ ਸਮਾਜ ਰਹਿਣ ਯੋਗ ਹੋਏਗਾ ਚੰਗਾ ਹੋਏਗਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਫਿਰ ਮਿਲਦੇ ਹਾਂ